ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮੈਦਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੂੰ ਦਿਆ ਗਏ ਅਰਦਾਸ ਮੈਂ ਹੋਰ ਥਾਵ ਨਾਹੀ ਮੈਂ ਹੋਰ ਥਾਵ ਨਾਹੀ ਜਿਸ ਪੈ ਕਰੋਂ ਬਿਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਤੇਰੇ ਚਰਨਾਂ ਦਾ ਮੈਨੂੰ
ਚਰਨਾ ਆਸਰਾ ਜੀ ਮੈਨੂੰ ਤੇਰੇ ਚਰਨਾ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਲਿਖੇ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਾ ਲਈ ਸਾਈਆਂ ਜਨਮ ਤੁਮਾਰੇ ਲਿਖੇ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖੇ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾ ਲਈ ਸਾਈਆਂ ਜਨਮ ਤੁਮਾਰੇ ਲਿਖੇ 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 ਜਨਮ ਜਨਮ ਤੁਮਾਰੇ ਜਨਮ ਤੁਮਾਰੇ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਪਿਛਲਾ ਦੇਵ ਜੀ ਜਨਮ ਤੁਮਾਰੇ ਲਿਖੇ ਲਿਖੇ ਪਿਛਲਾ ਦੇਵ ਜੀ ਜਨਮ ਤੁਮਾਰੇ ਲਿਖੇ ਲਿਖੇ ਪਿਛਲਾ ਦੇਵ ਜੀ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਲਾ ਦਿਓ ਜੀ ਜਨਮ ਤੁਮਾਰੇ
ਆਇਓ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਦਿਓ ਜੀ ਜਨਮ ਤੁਮਾਰੇ ਲੇਖੇ ਸਤਿਗੁਰ ਜੀ ਦੀ ਸਾਜੀ ਨਿਵਾਜੀ ਸਤਸੰਗ ਜੀਓ ਆਪਣੇ ਸਾਰਿਆਂ ਦੇ ਬੜੇ ਵੱਡੇ ਭਾਗ ਆ ਹਰ ਸਾਲ ਦੀ ਤਰ੍ਹਾਂ ਇਸ ਸੇਵਕ ਪਰਿਵਾਰ ਦੇ ਵੱਲੋਂ ਸਤਿਗੁਰੂ ਜੀ ਦਾ ਓਟ ਆਸਰਾ ਲਿਆ ਜਾਂਦਾ ਸਰਬੱਤ ਦੇ ਭਲੇ ਵਾਸਤੇ ਸੁਣੋ ਧਿਆਨ ਨਾਲ ਸੁਣੋ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਸਤਿਗੁਰੂ ਜੀ ਦੇ ਜਾਪ ਕਰਵਾਏ ਜਾਂਦੇ ਸੇਵਕ ਪਰਿਵਾਰ ਵੱਲੋਂ ਸੋ ਆਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਸੀ ਝੁਕਾਈਏ ਦੋਵੇਂ ਹੱਥ ਜੋੜੀਏ ਤੇ ਪ੍ਰੇਮ ਦੇ ਨਾਲ ਸਾਰੇ ਫਤਿਹ ਦੀ ਸਾਂਝ ਪਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਫਰਮਾਨ ਹੈ ਜੀ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਅਸੀਂ ਜਦੋਂ ਸੁਰਤ ਸੰਭਾਲਦੇ ਹਾਂ ਸਾਡੀ ਸੋਚ ਕੋਈ ਹੋਰ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਹੋਰ ਸਾਡੀ ਸੋਚ ਸੁਰਤ ਸੰਭਾਲਦਿਆਂ ਦੀ ਬਣ ਜਾਂਦੀ ਹੈ ਵੀ ਸਾਨੂੰ ਦੁਨਿਆਵੀ ਮੰਗਾਂ ਚਾਹੀਦੀਆਂ ਹੁਣ ਆਹ ਚੀਜ਼ ਹੈ ਨਹੀਂ ਉਹ ਮਿਲ ਜਾਵੇ ਹੁਣ ਆਹ ਹੈ ਨਹੀਂ ਇਹ ਵੀ ਮਿਲ ਜਾਵੇ ਹੁਣ ਆਹ ਹੈ ਨਹੀਂ ਇਹ ਵੀ ਮਿਲ ਜਾਵੇ ਰੱਬ ਦੇ ਪਿਆਰਿਆਂ ਦੇ ਅੰਦਰ ਇੱਕੋ ਹੀ ਸੋਚ ਹੁੰਦੀ ਹੈ ਕਿ ਮੈਨੂੰ ਤੇਰੇ ਦੀਦਾਰੇ ਚਾਹੀਦੇ ਆ ਆਖੋ ਸਤਨਾਮ ਮੈਨੂੰ ਤੇਰੇ ਦੀਦਾਰਿਆਂ ਤੋਂ ਬਗੈਰ ਹੋਰ ਕੁਛ ਨਹੀਂ ਚਾਹੀਦਾ ਤੇਰੇ ਦਰਸ਼ਨ ਚਾਹੀਦੇ ਤੇ ਹੁੰਦੇ ਕਿਹਨੂੰ ਫਿਰ ਦਰਸ਼ਨ ਜਿਹਦੇ ਅੰਦਰ ਭਰੋਸਾ ਹੁੰਦਾ ਜਿਹਨੂੰ ਵਿਸ਼ਵਾਸ ਹੁੰਦਾ ਉਹਨੂੰ ਪਹਿਲਾਂ ਵੀ ਦਰਸ਼ਨ ਹੁੰਦੇ ਸੀ ਉਹਨੂੰ ਅੱਜ ਵੀ ਦਰਸ਼ਨ ਹੁੰਦੇ ਆ ਤੇ ਉਹਨੂੰ ਸਦਾ ਹੀ ਦਰਸ਼ਨ ਹੋਣੇ ਆ ਗੱਲ ਭਰੋਸੇ ਦੀ ਗੱਲ ਵਿਸ਼ਵਾਸ ਦੀ ਆ ਆਪਾਂ ਇਤਿਹਾਸ ਦੀ ਸਾਂਝ ਪਾਉਣੀ ਹੈ ਇੱਕ ਧਾਰਨਾ ਪਹਿਲਾਂ ਲਾ ਕੇ ਇਕਾਗਰਤਾ ਬਣਾਓ ਜਿੱਥੇ ਬੈਠੇ ਉੱਥੇ ਬੈਠੋ ਜੇ ਆਪਾਂ ਇੱਦਾਂ ਹਿੱਲ ਜੁਲ ਕਰਦੇ ਰਹੇ ਗੱਲਾਂ ਹੀ ਕਰਦੇ ਰਹੇ ਫਿਰ ਉਹ ਆਨੰਦ ਨਹੀਂ ਬਣਨਾ ਜਿਹੜਾ ਆਪਾਂ ਆਨੰਦ ਲੈਣਾ ਚਾਹੁੰਦੇ ਹਾਂ ਇਸ ਕਰਕੇ ਜਿੱਥੇ ਵੀ ਬੈਠੇ ਹਾਂ ਸੁਣਨ ਦੀ ਕੋਸ਼ਿਸ਼ ਕਰੋ ਗੱਲਾਂ ਵੱਲ ਧਿਆਨ ਨਾ ਦਿਓ ਜੇ ਗੱਲਾਂ ਕਰਦੇ ਰਹੇ ਤਾਂ ਫਿਰ ਵਾਂਝੇ ਰਹਿ ਜਾਣਾ ਆਪਾਂ ਜਿੱਥੇ ਵੀ ਥਾਂ ਮਿਲਦਾ ਉੱਥੇ ਬਸ ਬੈਠ ਜਾਓ ਇਹ ਨਾ ਦੇਖੋ ਕਿ ਫਲਾਨੀ ਸਹੇਲੀ ਆ ਉਹ ਬੈਠੀ ਤੇ ਉਹਦੇ ਕੋਲ ਹੀ ਪਹੁੰਚਣਾ ਇਹ ਨਾ ਦੇਖੋ ਜਿੱਥੇ ਬਸ ਥਾਂ ਮਿਲਦਾ ਉੱਥੇ ਬਹਿ ਜਾਓ ਗੱਲ ਚੱਲਦੀ ਸੀ ਭਰੋਸੇ ਵਾਲਿਆਂ ਨੂੰ ਦਰਸ਼ਨ ਹੁੰਦੇ ਆ ਭਰੋਸੇ ਵਾਲਿਆਂ ਦੇ ਤੇ ਜ਼ਹਿਰ ਵੀ ਉਹਨੂੰ ਦਿੱਤੀ ਹੋਵੇ ਅੰਮ੍ਰਿਤ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੀਰਾਂ ਬਾਈ ਦਾ ਭਰੋਸਾ ਸੀ ਨਾ ਸਤਿਗੁਰੂ ਜੀ ਤੇ ਹੈਗਾ ਸੀ ਨਾ ਭਰੋਸਾ ਜੇ ਭਰੋਸਾ ਸੀ ਤੇ ਉਹਦੇ ਘਰਦਿਆਂ ਨੇ ਪਹਿਲਾਂ ਰੋਕਣਾ ਚਾਹਿਆ ਵੀ ਤੂੰ ਸਤਿਗੁਰੂ ਜੀ ਦੇ ਕੋਲ ਨਾ ਜਾਇਆ ਕਰ ਉਹ ਕਹਿੰਦੀ ਵੀ ਨਹੀਂ ਉੱਥੇ ਜਾਂਦੀਆਂ ਤੇ ਜਿਉਂਦੀਆਂ ਜੇ ਨਹੀਂ ਗਈ ਤੇ ਉੱਦਾਂ ਹੀ ਮਰ ਜਾਣਾ ਬੜੇ ਉਪਰਾਲੇ ਕੀਤੇ ਕਹਿੰਦੇ ਵੀ ਇਹਨੂੰ ਰੋਕ ਲਈਏ ਨਹੀਂ ਰੁਕੀ ਉਹਨਾਂ ਨੇ ਸੋਚਿਆ ਕਹਿੰਦੇ ਵੀ ਜੇ ਨਹੀਂ ਰੁਕਦੀ ਨਾ ਵੀਰਾਂ ਇਹਨੂੰ ਮਾਰ ਹੀ ਦਿੰਦੇ ਆ ਸਾਡੀ ਬਦਨਾਮੀ ਕਰਾਉਂਦੀ ਆ ਸੱਪ ਲੜਾਉਣਾ ਚਾਹਿਆ ਕਈ ਕੁਛ ਕਰਨਾ ਚਾਹਿਆ ਜੇ ਨਹੀਂ ਗੱਲ ਬਣੀ ਨਾ ਕਹਿੰਦੇ ਵੀ ਬਹੁਤ ਜ਼ਿਆਦਾ ਜ਼ਹਿਰੀਲੀ ਜ਼ਹਿਰ ਲੈ ਕੇ ਆਓ ਜ਼ਹਿਰ ਲਿਆਂਦੇ
ਜ਼ਹਿਰ ਦੇਣ ਲੱਗੇ ਨੇ ਦੱਸਿਆ, ਕਹਿੰਦੇ ਇਹਦੀ ਇੱਕ ਬੂੰਦ ਹੀ ਬੰਦੇ ਨੂੰ ਮਾਰ ਸਕਦੀ ਹੈ, ਤੇ ਉਸ ਜ਼ਹਿਰ ਦਾ ਪਿਆਲਾ ਭਰ ਕੇ ਦੇ ਦਿੱਤਾ। ਮੀਰਾ ਨੂੰ ਫੜਾਉਣ ਲੱਗੇ, ਕਹਿੰਦੇ ਵੀ ਆ ਲੈ ਫੜ ਪਿਆਲਾ, ਜੇ ਤੈਨੂੰ ਗੁਰੂ ਤੇ ਭਰੋਸਾ ਹੈ ਤੇ ਪੀ ਜਾ, ਇੱਕ ਹੀ ਘੁੱਟ ਭਰ ਕੇ ਦਿਖਾ ਦੇ। ਗੁਰੂ ਦੇ ਪਿਆਰੇ ਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ? ਰੱਬ ਦੇ ਪਿਆਰੇ ਆ। ਉਹ ਤੇ ਦੁੱਖ ਦਾ ਸਮਾਂ ਅੱਜ ਵੀ ਚਾਹੇ ਸੁੱਖ ਦਾ ਅੱਜ ਵੀ, ਉਹ ਗੁਰੂ ਨਹੀਂ ਤੇ ਆਉਂਦਾ, ਭਟਕਦਾ ਨਹੀਂ, ਉਹ ਗੁਰੂ ਨਹੀਂ ਤੇ ਆਉਂਦਾ ਸਦਾ ਹੀ। ਮੀਰਾ ਬਾਈ ਨੇ ਇੱਦਾਂ ਆਪਣੇ ਹੱਥਾਂ ਵਿੱਚ ਪਿਆਲਾ ਫੜ ਲਿਆ, ਏਦਾਂ ਪਿਆਲਾ ਹੱਥਾਂ ਚ ਫੜ ਲਿਆ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਰਿਆ ਧਿਆਨ। ਤੇ ਪਤਾ ਕੀ ਅਰਦਾਸ ਕੀਤੀ? ਕਹਿੰਦੀ ਸਤਿਗੁਰੂ ਜੀ, ਚਾਹੇ ਮਾਰ ਦਿਓ ਚਾਹੇ ਬਚਾ ਲਿਓ, ਮੈਨੂੰ ਕੋਈ ਗਿਲਾ ਨਹੀਂ। ਸਾਡਾ ਤੇ ਰੱਬ ਦੇ ਪਿਆਰੇ ਦਾ ਫਰਕ ਇੰਨਾ, ਅਸੀਂ ਸਾਰੀ ਉਮਰ ਉਲਾਮੇ ਦੇਈ ਜਾਈਦੇ ਰੱਬ ਨੂੰ ਤੇ ਰੱਬ ਦਾ ਪਿਆਰਾ ਸ਼ੁਕਰਾਨੇ ਕਰਦਾ ਰਹਿੰਦਾ। ਸਾਡੇ ਕੋਲ ਉਲਾਮੇ, ਰੱਬ ਦੇ ਪਿਆਰੇ ਕੋਲ ਸ਼ੁਕਰਾਨੇ, ਅਸੀਂ ਤੇ ਗੁਰੂ ਨੂੰ ਉਲਾਮੇ ਦੇਈ ਜਾਈਦੇ, ਤੂੰ ਸਾਨੂੰ ਆਹ ਬਿੰਦ ਦਿੱਤਾ, ਸਾਨੂੰ ਆਹ ਬਿੰਦ ਦਿੱਤਾ, ਸਾਨੂੰ ਆਹ ਬਿੰਦ ਦਿੱਤਾ। ਤੇ ਰੱਬ ਦਾ ਪਿਆਰਾ ਕਹਿੰਦਾ ਜੋ ਦਿੱਤਾ ਨਾ ਉਹ ਮੈਂ ਗਿਣਨਾ ਚਾਹਵਾਂ ਤੇ ਗਿਣਤੀ ਨਹੀਂ ਹੋਣੀ। ਅਸੀਂ ਫੇਰ ਉਹ ਵੱਖਰੀ ਗੱਲ ਹੈ ਕਿ ਅਸੀਂ ਭੁੱਖੇ ਦੇ ਭੁੱਖੇ ਹੀ ਰਹਿੰਦੇ ਹਾਂ। ਸਤਿਗੁਰੂ ਜੀ ਤੇ ਬੜਾ ਕੁਛ ਦਿੰਦੇ ਆ, ਅਸੀਂ ਭੁੱਖੇ ਆ, ਰੱਜ ਦੇ ਹੀ। ਮਹਾਂਪੁਰਖਾਂ ਕੋਲ ਕੋਈ ਆਇਆ ਤੇ ਕਹਿੰਦਾ ਜੀ ਗੁਰੂ ਨੇ ਆਪਾਂ ਨੂੰ, ਗੁਰੂ ਨੇ ਸਾਨੂੰ ਕੀ ਦਿੱਤਾ? ਕਹਿੰਦੇ ਵੀ ਮਹਾਂਪੁਰਖ ਕਹਿੰਦੇ ਬੜਾ ਕੁਛ ਦਿੱਤਾ, ਬਹੁਤ ਕੁਛ ਦੇ ਦਿੱਤਾ। ਉਹ ਕਹਿੰਦਾ ਜੀ ਮੈਨੂੰ ਦੱਸੋ ਤੁਸੀਂ ਇੱਕ ਹੀ ਚੀਜ਼ ਦੱਸ ਦਿਓ। ਕਹਿੰਦੇ ਇੱਕ ਚੀਜ਼ ਨੀ, ਫਿਰ ਥੋੜੀਆਂ ਜਿਹੀਆਂ ਗਿਣਾਵਾਂਗੇ ਤੈਨੂੰ ਜ਼ਰੂਰ ਜੋ ਗੁਰੂ ਨੇ ਦਿੱਤੀਆਂ। ਪੂਰੀ ਤਾਂ ਨਹੀਂ ਗਿਣਤੀ ਕਰ ਸਕਦੇ ਪਰ ਥੋੜੀਆਂ ਜਿਹੀਆਂ ਗੱਲਾਂ ਤੈਨੂੰ ਜ਼ਰੂਰ ਦੱਸੋ। ਕਹਿੰਦੇ ਜੀ ਦੱਸੋ ਮੈਨੂੰ ਕੀ ਗੁਰੂ ਨੇ ਦਿੱਤਾ? ਕੱਖ ਨਹੀਂ ਦਿੱਤਾ। ਕਹਿੰਦੇ ਤੈਨੂੰ ਅੱਖਾਂ ਤੋਂ ਦਿਸਦਾ? ਕਹਿੰਦੇ ਜੀ ਹਾਂਜੀ। ਕਹਿੰਦੇ ਗੁਰੂ ਨੇ ਦਿੱਤੀਆਂ ਆ, ਅੰਨੇ ਵੀ ਇੱਥੇ ਤੁਰੇ ਫਿਰਦੇ ਆ। ਆਖੋ ਸਤਨਾਮ, ਅੰਨੇ ਵੀ ਬਥੇਰੇ ਤੁਰੇ ਫਿਰਦੇ ਆ, ਤੁਰ ਲੈਣਾ ਵਧੀਆ। ਕਹਿੰਦਾ ਜੀ ਹਾਂਜੀ। ਕਹਿੰਦੇ ਤੇ ਲੰਗੜੇ ਲੁੱਲੇ ਵੀ ਤੁਰੇ ਫਿਰਦੇ ਆ, ਇਹ ਵੀ ਤੈਨੂੰ ਜਿਹੜੀ ਤੁਰਨ ਦੀ ਸਮਰੱਥਾ ਦਿੱਤੀ ਗੁਰੂ ਨੇ ਦਿੱਤੀ ਆ। ਕੰਨਾਂ ਤੋਂ ਸੁਣਦਾ ਵੀ ਤੈਨੂੰ? ਕਹਿੰਦਾ ਜੀ ਹਾਂਜੀ। ਕਹਿੰਦੇ ਇੱਥੇ ਬੋਲੇ ਵੀ ਬਹੁਤ ਆ, ਬੋਲ ਲੈਣਾ ਵਧੀਆ ਤੂੰ? ਕਹਿੰਦਾ ਜੀ ਹਾਂਜੀ। ਇੱਥੇ ਗੁੰਗੇ ਵੀ ਤੁਰੇ ਫਿਰਦੇ ਆ, ਦੱਸ ਕੀ ਗਿਣਾਵਾਂ ਹੋਰ ਗੁਰੂ ਨੇ ਤੈਨੂੰ ਕੀ ਦਿੱਤਾ? ਉਹ ਕਹਿੰਦਾ ਜੀ ਇਹਨਾਂ ਗੱਲਾਂ ਵੱਲ ਤੇ ਮੇਰਾ ਧਿਆਨ ਹੀ ਨਹੀਂ ਗਿਆ। ਆਖੋ ਸਤਿਗੁਰੂ, ਸਾਡਾ ਸੁਭਾਅ ਪਤਾ ਕਿੱਦਾਂ ਦਾ ਹੋ ਗਿਆ? ਜੋ ਮਿਲਿਆ ਆ ਉਹਦੇ ਵੱਲ ਧਿਆਨ ਹੀ ਨਹੀਂ ਦੇਣਾ, ਜੋ ਹੈ ਨੀ ਬਸ ਉਹਨੇ ਕੋਸੀ ਜਾਣਾ, ਆਹ ਮਿਲਣਾ ਚਾਹੀਦਾ ਸੀ, ਆਹ ਮਿਲਣਾ ਚਾਹੀਦਾ ਸੀ। ਮਹਾਂਪੁਰਖਾਂ ਨੇ ਅਖੀਰ ਤੇ ਕਿਹਾ ਮੈਨੂੰ ਇੱਕ ਗੱਲ ਸਮਝਾ, ਜਦੋਂ ਸੁੱਤਾ ਹੁੰਦਾ ਤੇਰੇ ਸਾਹ ਕੌਣ ਚਲਾਉਂਦਾ? ਆਖੋ ਸਤਨਾਮ, ਜਦੋਂ ਸੁੱਤਾ ਹੁੰਦਾ ਤੇਰੇ ਸਾਹ ਕੌਣ ਚਲਾਉਂਦਾ? ਕਹਿੰਦਾ ਜੀ ਮੈਨੂੰ ਤੇ ਸੁਰਤ ਨੀ, ਕਹਿੰਦੇ ਤੇਰੇ ਸਾਹ ਵੀ ਤੇਰਾ ਗੁਰੂ ਹੀ ਚਲਾਉਂਦਾ। ਆਖੋ ਸਤਨਾਮ, ਸਾਨੂੰ ਮਿਲਿਆ ਕੁਛ ਨੀ। ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਕਰ ਰਹੀ ਆ ਮੀਰਾ, ਹੱਥ ਵਿੱਚ ਜ਼ਹਿਰ ਦਾ ਪਿਆਲਾ, ਉਸ ਜ਼ਹਿਰ ਦਾ ਜਿਹੜੀ ਇੱਕ ਬੂੰਦ ਮਾਰ ਸਕਦੀ ਆ। ਕਹਿੰਦੀ ਸਤਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜੇ ਮੈਂ ਮਰ ਵੀ ਗਈ ਤਾਂ ਵੀ ਸ਼ੁਕਰੀਆ ਤੇਰਾ, ਕਿਉਂਕਿ ਤੂੰ ਮੈਨੂੰ ਆਪਣੇ ਚਰਨੀ ਲਾਇਆ। ਪਰ ਮੇਰੀ ਇੱਕ ਬੇਨਤੀ, ਜੇ ਮੈਨੂੰ ਜਿਉਂਦੀ ਨੂੰ ਰੱਖਣਾ ਤੇ ਆਪਣੇ ਚਰਨਾਂ ਨਾਲ ਜੋੜੀ ਰੱਖਿਓ, ਤੇ ਜੇ ਮੈਨੂੰ ਹੁਣ ਮਾਰਨਾ ਇੰਨੀ ਕਿਰਪਾ ਕਰਿਓ ਗਾਂ ਬਾਂਹ ਫੜਨ ਵਾਸਤੇ ਆ ਜਾਓ। ਆਖੋ ਸਤਨਾਮ, ਸ੍ਰੀ ਵਾਹਿਗੁਰੂ। ਕਹਿੰਦੇ ਜੀ ਇੱਕ ਘੁੱਟ ਪੀਣ ਨੂੰ ਕਹਿੰਦੇ ਆ, ਤੁਹਾਡੇ ਚਰਨਾਂ ਦਾ ਧਿਆਨ ਧਰ ਕੇ ਸਾਰਾ ਹੀ ਪੀ ਲੈਣਾ ਮੈਂ ਤਾਂ। ਮਾਰਨਾ ਜਾਂ
ਬਚਾਉਣਾ ਉਹ ਹੁਣ ਤੇਰੀ ਮਰਜ਼ੀ ਹੈ। ਪਰ ਇਹ ਨਹੀਂ ਹੋ ਸਕਦਾ ਕਿ ਮੀਰਾ ਹੁਣ ਹੋਰ ਪਾਸੇ ਜਾਣਾ ਸ਼ੁਰੂ ਹੋ ਗਈ। ਇਹ ਨਹੀਂ ਹੋ ਸਕਦਾ ਕਿ ਮੀਰਾ ਨੇ ਗੁਰੂ ਛੱਡਤਾ। ਮੇਰੀ ਤੇ ਕੋਈ ਬੇਨਤੀ ਆ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਜਪੋ ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਬਣ ਕੇ ਅਸੀਂ ਤੇਰੇ ਰਹਿਣਾ, ਬਣ ਕੇ ਅਸੀਂ ਤੇਰੇ ਹੋ, ਬਣ ਕੇ ਅਸੀਂ ਤੇਰੇ ਰਹਿਣਾ, 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 ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਬਣ ਕੇ ਅਸੀਂ ਤੇਰੇ, ਬਣ ਕੇ ਅਸੀਂ ਤੇਰੇ ਰਹਿਣਾ, 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 ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ।
ਆਓ ਜੀ ਬਣ ਕੇ ਅਸੀਂ ਤੇਰੇ ਰਹਿਣਾ, ਮਾਰੋ ਜਾ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ। ਹੁਣ ਮੀਰਾ ਕਹਿਣ ਲੱਗੀ ਸਤਿਗੁਰੂ ਜੀ ਨੂੰ ਚਾਹੇ ਮਾਰ ਦੋ ਤੇ ਚਾਹੇ ਤਾਰ ਦੋ, ਰਹਿਣਾ ਤੁਹਾਡੇ ਬਣ ਕੇ। ਆ ਹੁੰਦਾ ਭਰੋਸਾ, ਆ ਹੁੰਦਾ ਵਿਸ਼ਵਾਸ ਗੁਰੂ ਤੇ। ਪਿਆਲਾ ਹੱਥ ਵਿੱਚ ਫੜਿਆ ਤੇ ਘੁੱਟ ਘੁੱਟ ਕਰਕੇ ਸਾਰੇ ਪੀ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਾਰੇ ਪੀ ਗਏ। ਹੈ ਜ਼ਹਿਰ ਸੀ ਸਤਿਗੁਰੂ ਜੀ ਨੇ ਅੰਮ੍ਰਿਤ ਬਣਾਤਾ ਤੇ ਬਣਿਆ ਪਤਾ ਕਿੱਦਾਂ, ਕਿਉਂਕਿ ਵਿਸ਼ਵਾਸ ਸੀ ਉਹਨੂੰ, ਹੈ ਸੀ ਕਿ ਸਤਿਗੁਰੂ ਮੇਰੇ ਅੰਗ ਸੰਗ ਆ, ਮੇਰੇ ਨਾਲ ਆ। ਤੇ ਜਿਹਨੇ ਸਮਝ ਲਿਆ ਸਤਿਗੁਰੂ ਮੇਰੇ ਨਾਲ ਆ, ਤੁਸੀਂ ਇਹ ਦੱਸੋ ਕਦੀ ਝੂਠ ਬੋਲੋ ਜਿਹੜਾ ਕਹਿੰਦਾ ਵੀ ਗੁਰੂ ਮੇਰੇ ਨਾਲ ਖੜਾ, ਉਹਦੇ ਮੂਹਰੇ ਝੂਠ ਨਿਕਲੋ ਨਹੀਂ ਕਹਿਣਾ ਗੁਰੂ ਸੁਣਦਾ ਆ। ਉਹ ਚੋਰੀ ਕਰ ਲਓ, ਉਹ ਚੁਗਲੀ ਕਰ ਲਓ, ਉਹ ਠੱਗੀ ਕਰ ਲਓ, ਨਹੀਂ, ਕਿਉਂਕਿ ਉਹ ਕਹਿੰਦਾ ਗੁਰੂ ਮੇਰੇ ਅੰਗ ਸੰਗ ਆ, ਗੁਰੂ ਕੀ ਕਹੂਗਾ ਬਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਉਹ ਹਰ ਥਾਂ ਤੇ ਛਡਾਉਂਦਾ। ਬਸ ਇੰਨਾ ਕੁ ਸਮਝ ਨਹੀਂ ਕਿ ਗੁਰੂ ਤੇਰੇ ਨਾਲ ਆ। ਜਦੋਂ ਗੁਨਾਹ ਕਰਦਾ ਚੇਤੇ ਰੱਖੀ ਤੂੰ ਗੁਰੂ ਨੂੰ, ਫਿਰ ਲਾਗੇ ਨੀ ਦੂਰ ਹੀ ਸਮਝਿਆ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੀਰਾ ਨੇ ਅੰਗ ਸੰਗ ਸਮਝਿਆ, ਫੜਿਆ ਪਿਆਲਾ ਹੱਥ ਦੇ ਵਿੱਚ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਧਰਿਆ ਧਿਆਨ। ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ ਪੀ ਗਈ ਜ਼ਹਿਰ ਪਿਆਲਾ। ਮੀਰਾ ਘੱਟ ਘੱਟ ਕਰਕੇ ਪੀ ਗਈ ਜ਼ਹਿਰ ਪਿਆਲਾ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ ਪੀ ਗਈ ਜੈਨ ਪਿਆਲਾ। ਮੇਰਾ ਘੱਟ ਘੱਟ ਕਰਕੇ ਪੀ ਗਈ ਜੈਨ ਪਿਆਲਾ, ਮੇਰਾ ਘੱਟ ਘੱਟ ਕਰਕੇ। ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ ਪੀ ਗਈ ਜੈਨ ਪਿਆਲਾ। ਮੀਰਾ ਘੱਟ ਘੱਟ ਕਰਕੇ ਪੀ ਗਈ ਜੈਨ ਪਿਆਲਾ, ਮੀਰਾ ਘੱਟ ਘੱਟ ਕਰਕੇ। ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ ਪੀ ਗਈ ਜੈਨ ਪਿਆਲਾ। ਮੀਰਾ ਘੱਟ ਘੱਟ ਕਰਕੇ ਪੀ ਗਈ ਜੈਨ ਪਿਆਲਾ, ਮੀਰਾ ਘੱਟ ਘੱਟ ਕਰਕੇ। ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ, ਮਨ ਆਪਣੇ ਵਿੱਚ ਧਿਆਨ, ਸਤਿਗੁਰ ਰਵਿਦਾਸ ਦਾ ਧਰ ਕੇ ਪੀ ਗਈ ਜੈਨ ਪਿਆਲਾ। ਮੇਰਾ ਘੱਟ ਘੱਟ ਕਰਕੇ ਪੀ ਗਈ ਜੈਨ ਪਿਆਲਾ, ਮੇਰਾ ਘੱਟ ਘੱਟ ਕਰਕੇ।
ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ, ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵਿਦਾਸ ਦਾ ਧਰਕੇ, ਪੀ ਗਈ ਜੈਰ ਪਿਆਲਾ ਮੀਰਾ ਘੱਟ ਘੱਟ ਕਰਕੇ, ਪੀ ਗਈ ਜੈਰ ਪਿਆਲਾ ਮੀਰਾ ਘੱਟ ਘੱਟ ਕਰਕੇ। ਉਹਦਾ ਭਰੋਸਾ ਸੀ, ਉਹਦਾ ਵਿਸ਼ਵਾਸ ਸੀ, ਜ਼ਹਿਰ ਅੰਮ੍ਰਿਤ ਬਣਿਆ, ਉਹਦਾ ਭਰੋਸਾ ਆਖਰੀ ਸਾਹਾਂ ਤੱਕ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਵਿਸ਼ਵਾਸ ਭਰੋਸਾ, ਇਸ ਕਰਕੇ ਸਤਿਗੁਰ ਜੀ ਤੇ ਭਰੋਸਾ ਬੰਨਣ ਵਾਸਤੇ ਸਾਨੂੰ ਵੀ ਲੋੜ ਆ ਮਹਾਂਪੁਰਖਾਂ ਦੀ ਸੰਗਤ ਦੀ, ਕਿ ਮਹਾਂਪੁਰਖਾਂ ਦੀ ਸੰਗਤ ਮਿਲੇ, ਸਾਨੂੰ ਪਤਾ ਲੱਗੇ ਗੁਰੂ ਨਾਲ ਪਿਆਰ ਕਿੱਦਾਂ ਹੁੰਦਾ। ਇੱਕ ਰਾਜਾ ਸੀ ਤੇ ਉਹਦੇ ਮਨ ਵਿੱਚ ਪ੍ਰਸ਼ਨ ਆ ਗਿਆ ਤਿੰਨ। ਉਹਨੇ ਆਪਣੇ ਮੰਤਰੀ ਵਜ਼ੀਰ ਇਕੱਠੇ ਕੀਤੇ, ਇਕੱਠੇ ਕਰਕੇ ਫਿਰ ਉਹਨਾਂ ਨੂੰ ਪੁੱਛਣ ਲੱਗਾ, ਕਹਿੰਦਾ ਵੀ ਮੈਂ ਇੱਕ ਗੱਲ ਪੁੱਛਣੀ। ਕਹਿੰਦਾ ਪੁੱਛੋ ਜੀ। ਰਾਜਾ ਕਹਿੰਦਾ ਵੀ ਜਿਹੜੇ ਮੰਤਰੀ ਵਜ਼ੀਰ ਹੁੰਦੇ ਸਭ ਤੋਂ ਵੱਡੇ ਸਲਾਹਕਾਰ ਹੁੰਦੇ ਰਾਜੇ ਦੇ, ਤੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਚਾਹੁੰਦਾ, ਮੇਰੇ ਮਨ ਚ ਆ ਤਿੰਨ ਪ੍ਰਸ਼ਨ, ਉਹਨਾਂ ਦੇ ਜਵਾਬ ਦਿਓ। ਉਹ ਕਹਿੰਦੇ ਜੀ ਪੁੱਛੋ। ਕਹਿੰਦਾ ਵੀ ਪਹਿਲਾ ਮੇਰਾ ਸਵਾਲ ਇਹ ਆ ਕਿ ਚੰਗਾ ਸਮਾਂ ਕਿਹੜਾ ਹੁੰਦਾ। ਹੁਣ ਸਮੇਂ ਤੇ ਸਾਰੇ ਚੱਲਦੇ, ਸਵੇਰ ਨੂੰ ਅੰਮ੍ਰਿਤ ਵੇਲੇ ਆਪਾਂ ਉੱਠੀਦਾ, ਕਈ ਸੂਰਜਮੁਖੀ ਵੀ ਹੁੰਦੇ ਦਿਨ ਚੜੇ ਉੱਠਣਾ, ਉਹਨਾਂ ਸੂਰਜਮੁਖੀ ਕਹਿੰਦੇ ਵੀ ਸੂਰਜ ਚੜੇ ਤੇ ਮੁੱਖ ਵਿਰਲੇ ਹੁੰਦੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ। ਹੁਣ ਦੇਖੋ ਅੰਮ੍ਰਿਤ ਵੇਲੇ ਤੋਂ ਉੱਠੇ, ਸਾਰੀ ਦਿਹਾੜੀ ਕੋਈ ਕਿਰਤ ਕੀਤੀ, ਪ੍ਰਸ਼ਾਦਾ ਪਾਣੀ ਛਕਿਆ, ਚਾਹ ਪਾਣੀ ਛਕਿਆ, ਸਭ ਕੁਛ, ਰਾਤ ਨੂੰ ਫੇਰ ਸੌਂ ਗਿਆ, ਸਵੇਰ ਨੂੰ ਫੇਰ ਉੱਠ ਖੜੇ। ਰਾਜਾ ਕਹਿੰਦਾ ਵੀ ਇਹ ਸਾਰੇ ਸਮੇਂ ਦੇ ਵਿੱਚੋਂ ਚੰਗਾ ਸਮਾਂ ਕਿਹੜਾ। ਦੂਜਾ ਸਵਾਲ ਮੇਰਾ, ਚੰਗਾ ਕੰਮ ਕਿਹੜਾ ਆ। ਤੀਜਾ ਸਵਾਲ ਮੇਰਾ ਇਹ ਹੈ, ਚੰਗਾ ਇਨਸਾਨ ਕਿਹੜਾ। ਤਿੰਨ ਸਵਾਲ ਰਾਜੇ। ਹੁਣ ਮੰਤਰੀ ਵਜ਼ੀਰ ਆਪਸ ਵਿੱਚ ਸਲਾਹ ਕਰਦੇ, ਕਹਿੰਦੇ ਵੀ ਇਹ ਹੁਣ ਕੀ ਜਵਾਬ ਦਈਏ, ਸਮਝ ਨਹੀਂ ਆ ਰਿਹਾ। ਬੜਾ ਉਹਨਾਂ ਨੇ ਦਿਮਾਗ ਲੜਾਇਆ, ਪਰ ਇੱਕ ਵੀ ਸਵਾਲ ਦਾ ਜਵਾਬ ਉਹਨਾਂ ਨੂੰ ਨਹੀਂ ਆਇਆ। ਹੱਥ ਜੋੜ ਕੇ ਰਾਜੇ ਨੂੰ ਕਹਿਣ ਲੱਗੇ, ਕਹਿੰਦੇ ਰਾਜਨ ਵੀ ਮੈਂ, ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ, ਇਹ ਗੱਲ ਕਰਨੀ ਹੈ। ਉਹ ਕਹਿੰਦੇ ਵੀ ਦੱਸੋ। ਕਹਿੰਦੇ ਵੀ ਇਹਦਾ ਸਵਾਲ ਸਾਡੇ ਕੋਲ ਤੇ ਹੈ ਨਹੀਂ, ਸਾਡੇ ਕੋਲ ਹੈ ਨਹੀਂ ਇਹਦਾ ਸਵਾਲ ਦਾ ਜਵਾਬ। ਕਹਿੰਦੇ ਫਿਰ ਕਿੱਥੋਂ ਮਿਲੂ। ਕਹਿੰਦੇ ਆਪਣੇ ਰਾਜ ਵਿੱਚ ਵਿਦਵਾਨ ਲੋਕ ਬੜੇ ਰਹਿੰਦੇ ਆ, ਬਹੁਤ ਵਿਦਵਾਨ ਆ, ਬੜੇ ਪੜ੍ਹੇ ਤੋਂ ਪਰੇ ਆ ਵਿਦਵਾਨ, ਬੜੇ ਪੜ੍ਹੇ ਲਿਖੇ। ਆਪਾਂ ਉਹਨਾਂ ਦੀ ਸਭਾ ਬੁਲਾਉਂਦੇ ਹਾਂ ਤੇ ਉਹਨਾਂ ਕੋਲੋਂ ਤੁਹਾਡਾ ਜਵਾਬ ਮਿਲੂਗਾ ਜ਼ਰੂਰ। ਰਾਜਾ ਕਹਿੰਦਾ ਪੱਕਾ ਕਰ ਲਓ ਵੀ ਕੰਮ, ਪੱਕਾ ਕਰ ਲਓ ਵੀ ਠੀਕ ਹੈ। ਉਹਨਾਂ ਨੇ ਕੀ ਕੀਤਾ ਕਿ ਇੱਕ ਪੱਕਾ ਦਿਨ ਰੱਖ ਲਿਆ, ਧਿਆਨ ਇੱਧਰ ਰੱਖਿਓ ਵੀ ਕਥਾ ਬੰਦ। ਉਸ ਦਿਨ ਵਿਦਵਾਨ ਇਕੱਠੇ ਕਰ ਲਿਆ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਸੀ ਉਹਨਾਂ ਨੇ। ਸਾਰੇ ਆ ਕੇ ਕਹਿੰਦੇ ਰਾਜੇ ਨੂੰ ਦੱਸੋ ਵੀ ਕਿਹੜੇ ਪ੍ਰਸ਼ਨ ਆ ਤੁਹਾਡੇ। ਰਾਜਾ ਕਹਿੰਦਾ ਵੀ ਮੇਰਾ ਪਹਿਲਾ ਪ੍ਰਸ਼ਨ ਆ, ਚੰਗਾ ਸਮਾਂ ਕਿਹੜਾ ਹੁੰਦਾ। ਮੇਰਾ ਦੂਜਾ ਪ੍ਰਸ਼ਨ ਆ, ਚੰਗਾ ਕੰਮ ਕਿਹੜਾ ਹੁੰਦਾ, ਚੰਗਾ ਸਮਾਂ ਕਿਹੜਾ, ਦੂਜਾ ਚੰਗਾ ਕੰਮ ਕਿਹੜਾ, ਤੀਜਾ ਚੰਗਾ ਇਨਸਾਨ ਕਿਹੜਾ ਹੁੰਦਾ। ਹੁਣ ਉਹ ਜਿੰਨੇ ਸੀਗੇ ਆਏ, ਕੋਈ ਵਡਿਆਈ ਰਾਜੇ ਦੀ ਕਰੀ ਜਾਵੇ,
ਜੀ ਜਿਹੜਾ ਤੁਸੀਂ ਕੰਮ ਕਰਦੇ ਹੋ ਚੰਗਾ ਹੀ ਆ, ਜਿਹੜਾ ਤੁਹਾਡਾ ਸਮਾਂ ਚੱਲਦਾ ਉਹ ਚੰਗਾ ਹੀ ਆ, ਤੇ ਜਿਹੜੇ ਤੁਸੀਂ ਇਨਸਾਨ ਆ ਤੁਸੀਂ ਇਨਸਾਨ ਵੀ ਚੰਗੇ ਹੋ। ਰਾਜਾ ਕਹਿੰਦਾ ਵੀ ਮੈਂ ਆਪਣੀ ਵਡਿਆਈ ਸੁਣਨ ਵਾਸਤੇ ਵੀ ਤੁਹਾਨੂੰ ਸੱਦਿਆ, ਮੇਰੇ ਪ੍ਰਸ਼ਨਾਂ ਦੇ ਉੱਤਰ ਚਾਹੀਦੇ ਆ। ਜੇ ਕਿਸੇ ਕਿਸੇ ਨੇ ਦਿੱਤਾ ਕੁਛ ਹੱਦ ਤੱਕ, ਉਹਨਾਂ ਨੇ ਇਹੀ ਕਿਹਾ ਕਹਿੰਦੇ ਜਦੋਂ ਚੰਗਾ ਕੰਮ ਕਰਾਂਗੇ ਉਹਨੂੰ ਚੰਗਾ ਕੰਮ ਕਹਾਂਗੇ, ਉਹੀ ਚੰਗਾ ਸਮਾਂ ਤੇ ਚੰਗਾ ਕੰਮ ਵੀ ਚੰਗਾ ਇਨਸਾਨ ਕਰ ਸਕਦਾ। ਰਾਜਾ ਕਹਿੰਦਾ ਵੀ ਗੱਲਾਂ ਤੁਹਾਡੀਆਂ ਠੀਕ ਆ ਕੁਛ ਹੱਦ ਤੱਕ, ਪਰ ਮੇਰੇ ਅੰਦਰ ਨੂੰ ਤਸੱਲੀ ਨਹੀਂ ਹੋ ਰਹੀ। ਜਿਹੜੀ ਤਸੱਲੀ ਮੈਨੂੰ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਰਹੀ। ਤੁਹਾਡੇ ਕੋਲ ਕਿਸੇ ਕੋ ਵੀ ਇੱਦਾਂ ਦਾ ਕੋਈ ਜਵਾਬ ਹੈ ਨਹੀਂ ਜਿਹੜੀ ਮੇਰੀ ਤਸੱਲੀ ਹੋ ਜਾਵੇ? ਫਿਰ ਇੱਕ ਵਿਦਵਾਨ ਉੱਠ ਕੇ ਖੜਾ ਹੋਇਆ, ਉਹ ਕਹਿੰਦਾ ਵੀ ਫਿਰ ਇੱਦਾਂ ਨਹੀਂ ਤਸੱਲੀ ਹੋਣੀ ਸਾਡੇ ਕੋਲੋਂ, ਕਿਸੇ ਕੋਲੋਂ ਵੀ ਨਹੀਂ ਹੋਣੀ। ਕਹਿੰਦੇ ਕੌਣ ਕਰ ਸਕਦਾ ਤਸੱਲੀ? ਕਹਿੰਦੇ ਸਾਧੂ, ਮਹਾਂਪੁਰਖ, ਸੰਤ। ਕਹਿੰਦੇ ਵੀ ਉਹ ਤੁਹਾਡੇ ਨੌਕਰ ਹੁੰਦੇ ਆ? ਕਹਿੰਦੇ ਹਾਂ। ਰਾਜਾ ਕਹਿੰਦਾ ਹੱਦੋ ਕਿ ਤੁਸੀਂ ਇੰਨੇ ਪੜ੍ਹੇ ਲਿਖੇ, ਅਧਿਐਨ ਕੀਤਾ, ਇੰਨੇ ਗ੍ਰੰਥਾਂ ਦਾ, ਇੰਨੇ ਵਿਦਵਾਨ ਆ, ਤੁਹਾਨੂੰ ਪਤਾ ਨਹੀਂ ਤੇ ਸਾਧੂਆਂ ਨੂੰ ਕਿੱਦਾਂ ਪਤਾ ਲੱਗ ਜੂ? ਕਹਿੰਦੇ ਉਹਨਾਂ ਦਾ ਤੇ ਸਾਡਾ ਫਰਕ ਬਹੁਤ ਆ, ਅਸੀਂ ਬਾਹਰੋਂ ਪੜ੍ਹੇ ਆ, ਉਹ ਅੰਦਰੋਂ ਪੜ੍ਹੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਕਿ ਆਪਾਂ ਬਾਹਰਲੀ ਪੜ੍ਹਾਈ ਨਹੀਂ ਕਰਨੀ, ਪੜ੍ਹਨਾ ਵਧੀਆ ਪੜ੍ਹਨਾ, ਪਰ ਉਹ ਵਿਦਵਾਨ ਕਹਿੰਦਾ ਵੀ ਸਾਡਾ ਤੇ ਉਹਨਾਂ ਦਾ ਫਰਕ ਇਹ ਆ, ਅਸੀਂ ਬਾਹਰਲੀ ਪੜ੍ਹਾਈ ਕੀਤੀ ਆ, ਉਹਨਾਂ ਨੇ ਅੰਦਰਲੀ ਕੀਤੀ ਆ। ਤੇ ਰਾਜਨ, ਤੇਰੇ ਸਵਾਲਾਂ ਦਾ ਜਵਾਬ ਵੀ ਉਹ ਦੇ ਸਕਦਾ ਜਿਹੜਾ ਅੰਦਰੋਂ ਬਣਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੱਛਾ, ਸਾਧੂਆਂ ਕੋਈ ਇੰਨੀ ਤਾਕਤ ਹੁੰਦੀ? ਕਹਿੰਦੇ ਪਿਆਰਿਆ, ਵਿਦਵਾਨ ਕਹਿਣ ਲੱਗਾ, ਜੇ ਤੂੰ ਵੀ ਖੜਾ ਤੇ ਮੈਂ ਵੀ ਖੜਾ, ਆ ਧਰਤੀ ਖੜੀ ਆ, ਸਾਰੀ ਦੁਨੀਆਂ ਖੜੀ ਆ ਨਾ, ਇਹ ਸਾਧੂਆਂ ਦੇ ਸਹਾਰੇ ਨਾਲ ਹੀ ਖੜੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਨਾ ਹੋਤੇ ਜਗਤ ਮੇਂ ਜਲ ਮਰਤਾ ਸੰਸਾਰ, ਜਲ ਮਰਤਾ ਸੰਸਾਰ, ਜਲ ਜਾਣਾ ਸੀ ਸਾਰਾ ਕੁਝ ਜੇ ਸਾਧੂ ਨਾ ਹੁੰਦੇ। ਧਰਤੀ ਸੜ ਕੇ ਸਵਾ ਹੋ ਜਾਂਦੀ, ਧਰਤੀ ਸੜ ਕੇ ਸਵਾ ਹੋ ਜਾਂਦੀ ਜੀ, ਜੇ ਨਾ ਹੁੰਦੇ ਸਾਧੂ ਜਗ, ਧਰਤੀ ਸੜ ਕੇ ਸਵਾ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਜਾਂਦੀ ਜੀ, ਜਿਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਜਾਂਦੀ, ਸਵਾ ਹੋ ਜਾਂਦੀ ਜੀ, ਸਵਾ ਹੋ, ਹਾਂ ਸਵਾ ਸੜਕੇ ਸਵਾ ਹੋ ਜਾਂਦੀ, ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜਕੇ ਸਵਾ ਹੋ ਜਾਂਦੀ, ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜਕੇ ਸਵਾ ਹੋ ਜਾਂਦੀ, ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜਕੇ ਸਵਾ ਜਾਂਦੀ ਜੀ, ਜਿਨਾ
ਨਾ ਹੁੰਦੇ ਸਾਧੂ ਜਗ ਤੇ, ਧਰਤੀ ਸਾੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਤੇ, ਜੇ ਨਾ ਹੁੰਦੇ ਸੀ ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਹਾਂ ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਸਾਧੂ ਜਗ ਤੇ, ਜੇ ਨਾ ਹੁੰਦੇ ਜੀ ਹਾਂ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਹਾਂ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ, ਧਰਤੀ ਸੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਤੇ, ਧਰਤੀ ਸਾੜ ਕੇ ਸਵਾ ਹੋ ਜਾਂਦੀ ਜੇ ਨਾ ਹੁੰਦੇ ਸਾਧੂ ਜਗ ਜਗਦੇ, ਜੇ ਸਾਧੂ ਮਹਾਂਪੁਰਖ ਜਗ ਦੇ ਵਿੱਚ ਨਾ ਹੁੰਦੇ ਤਾਂ ਧਰਤੀ ਤੇ ਸੜ ਬਲ ਜਾਣੀ ਸੀ। ਕਹਿੰਦੇ ਅੱਛਾ ਹੁਣ ਸਭਾ ਸਾਰੀ ਚੱਲ ਗਈ ਵਿਦਵਾਨਾਂ ਤੇ ਉਹਦਾ ਜਿਹੜਾ ਭਰਾ ਸੀ ਨਾ ਰਾਜੇ ਦਾ ਉਹ ਕੋਲ ਆਇਆ, ਰਾਜਾ ਬੜਾ ਉਦਾਸ ਬੈਠਾ। ਉਹਦਾ ਭਰਾ ਕਹਿੰਦਾ ਵੀ ਰਾਜੇ ਨੇ ਉਦਾਸ ਕਿਉਂ, ਕਹਿੰਦਾ ਵੀ ਉਦਾਸ ਹੋਣਾ ਸਵਾਲਾਂ ਦੇ ਜਵਾਬ ਮਿਲੇ ਨੀ, ਉਹ ਕਹਿੰਦੇ ਸਾਧੂਆਂ ਕੋ ਮਿਲੂਗੇ, ਹੁਣ ਸਾਧੂ ਕਿੱਥੋਂ ਲੱਭੇ, ਆਖੋ ਸਾਧੂਆਂ ਸਾਧੂ ਵੀ ਪੂਰਾ ਲੱਭਣਾ ਚਾਹੀਦਾ ਵੀ ਉਹ ਕਿੱਥੋਂ ਲੱਭੇ। ਉਹਦਾ ਭਰਾ ਕਹਿੰਦਾ ਵੀ ਮੈਨੂੰ ਪਤਾ ਸਾਧੂਆਂ ਦਾ ਪਰ ਜਾਣਾ ਤੁਹਾਨੂੰ ਹੀ ਪੈਣਾ। ਉਹ ਕਹਿੰਦਾ ਦੱਸ ਦੇ ਪਿਆਰੇ ਛੇਤੀ ਮੈਂ ਹੁਣੇ ਹੀ ਚੱਲਣਾ। ਕਹਿੰਦਾ ਵੀ ਆਪਣੇ ਰਾਜ ਦੇ ਨਾਲ ਜੰਗਲ ਆ, ਜੰਗਲ ਸਾਰਾ ਹੀ ਪਾਰ ਕਰਕੇ ਮੈਦਾਨੀ ਏਰੀਆ ਆ ਜਾਣਾ, ਜਦੋਂ ਜੰਗਲ ਚੋਂ ਬਾਹਰ ਨਿਕਲਣਾ ਮੈਦਾਨੀ ਏਰੀਏ ਦੇ ਵਿੱਚ ਮਹਾਂਪੁਰਖਾਂ ਦੀਆਂ ਕੁਟੀਆਂ ਬਣੀਆਂ। ਉਹ ਮਹਾਂਪੁਰਖ ਪੂਰਨ ਮਹਾਂਪੁਰਖ ਆ, ਉਹ ਤੇਰੇ ਸਵਾਲਾਂ ਦੇ ਜਵਾਬ ਦੇ ਸਕਦੇ ਆ। ਇਹ ਨਹੀਂ ਉੱਥੇ ਸਾਧੂਆਂ ਦੀ ਕੁਟੀਆ ਨਹੀਂ ਸੀ, ਹੈ ਸੀ, ਪਰ ਰਾਜੇ ਦੇ ਭਰਾ ਦੇ ਅੰਦਰ ਖੋਟ ਵੀ ਨਾਲ ਹੀ ਸੀ। ਖੋਟ ਇਹ ਸੀ ਕਿ ਜਾਊਗਾ ਰਾਜਾ ਉੱਥੇ, ਮੈਂ ਮਗਰ ਬੰਦੇ ਲਾ ਦੂੰਗਾ, ਇਹਨੂੰ ਜਾਨੋ ਮਾਰ ਦੇਣਗੇ ਤੇ ਰਾਜ ਭਾਗ ਮੈਂ ਸਾਂਭ ਲੂ। ਆਖੋ ਸਤਨਾਮ, ਮੈਂ ਸਾਂਭ ਲੂ ਸਾਰਾ ਕੁਛ।
ਰਾਜਾ ਕਹਿੰਦਾ ਅੱਛਾ ਉਹ ਮਹਾਂਪੁਰਖ ਦੇ ਸਕਦੇ ਜਵਾਬ? ਕਹਿੰਦਾ ਹਾਂ ਪੂਰਨ ਮਹਾਂਪੁਰਖ ਆ, ਦੇਣਗੇ ਤੇਰੇ ਸਵਾਲਾਂ ਦੇ ਜਵਾਬ। ਰਾਜਾ ਕਹਿੰਦਾ ਮੈਂ ਹੁਣੇ ਜਾਂਦਾ। ਉਹਦਾ ਭਰਾ ਕਹਿੰਦਾ ਜੀ ਤਰੀਕਾ ਵੱਖਰਾ ਰੱਖਣਾ ਪੈਣਾ, ਏਦਾਂ ਨੀ ਜਾਣਾ। ਕਹਿੰਦਾ ਕਿੱਦਾਂ ਜਾਵਾਂ? ਉੱਥੇ ਰਾਜਾ ਬਣ ਕੇ ਨਾ ਜਾਈ, ਭਿਖਾਰੀ ਬਣ ਕੇ ਜਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਲੈਣ ਵਾਲਾ ਹੁੰਦਾ ਉਹ ਭਿਖਾਰੀ ਹੁੰਦਾ, ਦੇਣ ਵਾਲਾ ਹੁੰਦਾ ਦਾਤਾ। ਉਹ ਦਾਤਾ ਆ, ਤੂੰ ਭਿਖਾਰੀ ਬਣ ਕੇ ਜਾਣਾ, ਤੂੰ ਕੁਛ ਲੈਣ ਜਾਣਾ। ਸਾਦੇ ਵਸਤਰ ਪਾਲਾ, ਜਿੱਥੋਂ ਦੀ ਤੂੰ ਲੰਘੇ ਪਤਾ ਨਾ ਲੱਗੇ ਕਿ ਰਾਜਾ ਤੁਰਿਆ ਜਾਂਦਾ। ਹੁਣ ਇਹ ਤੇ ਆਪਣਾ ਕੰਮ ਸੂਧ ਕਰ ਰਿਹਾ ਵੀ ਨਾ ਸ਼ਸਤਰ ਵਗੈਰਾ ਲਿਜਾਊਗਾ, ਸਾਦੇ ਕੱਪੜੇ ਹੋਣਗੇ। ਕਹਿੰਦਾ ਨਾਲ ਸੁਣ ਲਾ ਗੱਲ, ਨਾ ਫੌਜਾਂ ਲੈ ਕੇ ਜਾਈ, ਠਾਠ ਪਾਠ ਨਾਲ ਨਹੀਂ ਜਾਣਾ, ਕੱਲਾ ਹੀ ਜਾ, ਸਾਦੇ ਵਸਤਰ ਪਾ ਕੇ। ਕੋਈ ਸ਼ਸਤਰ ਨਹੀਂ ਹੋਣਾ ਚਾਹੀਦਾ। ਅਸਲ ਵਿੱਚ ਜੇ ਗੁਰੂ ਚਰਨਾ ਚਾਹੁੰਦੇ ਜਾਂ ਸਾਧੂਆਂ ਕੋਲ ਜਾਣੇ ਜਾਣਾ ਤੇ ਇੱਦਾਂ ਹੀ ਸਾਦੇ ਬਣ ਕੇ ਚਾਹੀਦਾ। ਉਹ ਦੱਸ ਤੇ ਸਹੀ ਰਿਹਾ, ਪਰ ਫਾਇਦਾ ਆਪਣਾ ਸੋਚਦਾ ਹੁੰਦਾ। ਰਾਜੇ ਦਾ ਭਰਾ ਫਾਇਦਾ ਇਹ ਸੋਚ ਰਿਹਾ ਆ ਕਿ ਇਹ ਹੁਣ ਸਾਦਾ ਹੀ ਜਾਊ, ਨਾ ਇਹਦੇ ਨਾਲ ਸਿਪਾਹੀ, ਨਾ ਇਹਦੇ ਕੋਲ ਸ਼ਸਤਰ, ਤੇ ਮੇਰੇ ਬੰਦੇ ਆਏ ਜਿਹੜਾ ਮੈਂ ਇੱਕ ਵੀ ਭੇਜੂਗਾ ਕੋਈ, ਉਹਨਾਂ ਨੂੰ ਮਾਰਨਾ ਸੌਖਾ ਹੋ ਜੂ ਰਾਜਾ ਨੇ। ਤੇ ਮਰ ਗਿਆ ਤੇ ਰਾਜ ਭਾਗ ਮੈਂ ਸਾਂਭ ਲੈਣਾ ਸਾਰੇ। ਰਾਜਾ ਕਹਿੰਦਾ ਠੀਕ ਆ ਵੀ ਮੈਂ ਹੁਣੇ ਜਾਣਾ, ਸਾਦੇ ਵਸਤਰ ਪਾ ਲੈ। ਕਿਸੇ ਸਿਪਾਹੀ ਅਹਿਲਕਾਰ ਨੂੰ ਨਾਲ ਨਹੀਂ ਲਿਆ, ਸਾਰਾ ਜੰਗਲ ਲੰਘ ਗਿਆ ਤੇ ਅੱਗੇ ਜਾ ਕੇ ਦੇਖਿਆ ਸੱਚਮੁੱਚ ਉੱਥੇ ਮਹਾਂਪੁਰਖਾਂ ਦੀ ਕੁਟੀਆ ਬਣੀ। ਤੇ ਜਦੋਂ ਉੱਥੇ ਗਿਆ ਕੁਟੀਆ ਦੇ ਵਿੱਚ ਮਹਾਂਪੁਰਖ ਐਨੀ ਆਸੇ ਪਾਸੇ ਝਾਤੀ ਮਾਰੀ, ਮਹਾਂਪੁਰਖਾਂ ਨੇ ਸਬਜ਼ੀ ਦੀਆਂ ਕਿਆਰੀਆਂ ਲਾਈਆਂ ਸੀ, ਸਬਜ਼ੀ ਬੀਜੀ ਸੀ ਤੇ ਸਬਜ਼ੀ ਗੁੱਡਦੇ ਸੀ। ਇਹ ਕੋਲ ਚੱਲ ਗਿਆ ਰਾਜਾ, ਕੋਲ ਜਾ ਕੇ ਮਹਾਂਪੁਰਖਾਂ ਨੂੰ ਕਹਿੰਦਾ ਮਹਾਂਪੁਰਖੋ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ। ਮਹਾਂਪੁਰਖ ਕਹਿੰਦੇ ਕਰ ਲਾ ਬਈ। ਕਹਿੰਦਾ ਜੀ ਤੁਸੀਂ ਹਟਣਾ ਕਦੋਂ ਕਿਹਾ ਸਬਜ਼ੀ ਗੁੱਡਣ ਤੋਂ? ਮਹਾਂਪੁਰਖ ਕਹਿੰਦੇ ਜਦੋਂ ਸਾਰੀ ਗੁੱਡੀ ਗਈ ਸਬਜ਼ੀ ਉਦੋਂ ਹਟਾ। ਜੇ ਤੂੰ ਜ਼ਰੂਰੀ ਗੱਲ ਕਰਕੇ ਮੁੜਨਾ ਆ ਤੇ ਏਦਾਂ ਹੀ ਮੇਰੇ ਗੁੱਡਦੇ ਗੁੱਡਦੇ ਤੇ ਕਰ ਲਾ। ਕਹਿੰਦਾ ਜੀ ਨਹੀਂ, ਗੱਲ ਬਹਿ ਕੇ ਕਰਨੀ ਆਪਾਂ। ਕਹਿੰਦੇ ਫੇਰ ਤੇ ਤੈਨੂੰ ਬਹਿਣਾ ਪੈਣਾ। ਰਾਜਾ ਹੁਣ ਕੋਲ ਹੀ ਬਹਿ ਗਿਆ ਜਿੱਥੇ ਮਹਾਂਪੁਰਖ ਸਬਜ਼ੀ ਗੁੱਡਦੇ ਸੀ। ਮਨ ਵਿੱਚ ਪਤਾ ਕੀ ਸੋਚਦਾ? ਕਹਿੰਦਾ ਸਾਦੇ ਜਿਹੇ ਕੱਪੜੇ ਪਾ ਕੇ ਆ ਗਿਆ, ਫੌਜ ਮੇਰੇ ਨਾਲ ਨਹੀਂ। ਜੇ ਕੱਪੜੇ ਰਾਜਿਆਂ ਵਾਲੇ ਪਾਏ ਹੁੰਦੇ, ਫੌਜ ਮੇਰੇ ਨਾਲ ਹੁੰਦੀ, ਮਹਾਂਪੁਰਖਾਂ ਨੇ ਛੱਡ ਦੇਣੀ ਸੀ ਸਬਜ਼ੀ ਗੁੱਡਣੀ। ਪਤਾ ਲੱਗ ਜਾਣਾ ਸੀ ਨਾ ਵੀ ਰਾਜਾ ਆਇਆ। ਮਹਾਂਪੁਰਖ ਸਬਜ਼ੀ ਗੁੱਡਦੇ ਪਤਾ ਕੀ ਕਹਿੰਦੇ? ਕਹਿੰਦੇ ਮੈਨੂੰ ਏਦਾਂ ਵੀ ਪਤਾ ਤੂੰ ਰਾਜਾ ਹੀ ਆ। ਆਖੋ ਸਤਨਾਮ। ਮੈਨੂੰ ਏਦਾਂ ਵੀ ਪਤਾ ਆ ਤੂੰ ਰਾਜਾ ਹੀ ਆ, ਇਹ ਮਨ ਵਿੱਚ ਸੋਚ ਰਿਹਾ। ਮਹਾਂਪੁਰਖ ਬੋਲ ਕੇ ਦੱਸ ਰਿਹਾ, ਕਹਿੰਦੇ ਤੂੰ ਘਬਰਾ ਨਾ, ਮੈਨੂੰ ਏਦਾਂ ਵੀ ਪਤਾ ਤੂੰ ਰਾਜਾ, ਪਰ ਸਬਜ਼ੀ ਗੁੱਡਣੋਂ ਮੈਂ ਫੇਰ ਨਹੀਂ ਹਟਣਾ। ਮੈਨੂੰ ਇਹ ਵੀ ਪਤਾ ਤੂੰ ਤਿੰਨ ਪ੍ਰਸ਼ਨਾਂ ਦੇ ਉੱਤਰ ਲੱਭਦਾ ਫਿਰਦਾ, ਇਹ ਵੀ ਪਤਾ ਤੇਰੇ ਭਰਾ ਨੇ ਤੈਨੂੰ ਭੇਜਿਆ, ਇਹ ਵੀ ਪਤਾ ਤੂੰ ਸਾਦੇ ਕੱਪੜੇ ਪਾ ਕੇ ਆਇਆ, ਫੌਜਾਂ ਨਾਲ ਨਹੀਂ ਲੈ ਕੇ ਆਇਆ। ਹੈਰਾਨ ਹੋ ਗਿਆ, ਕਹਿੰਦਾ ਵੀ ਇਹ ਤੇ ਜਾਣੀ ਜਾਣਿਆ ਤੇ ਮਿਲਣਗੇ ਜਵਾਬ, ਹੁਣ ਫਿਰ ਬਹਿ ਹੀ ਜਾਂਦੇ ਚੱਜ ਨਾਲ। ਬਹਿ ਗਿਆ ਤੇ ਉਹ ਥੋੜਾ ਚਿਰ ਬੈਠੇ ਨੂੰ ਹੋਇਆ, ਕਹਿੰਦਾ ਮਹਾਂਪੁਰਖਾਂ ਦੀ ਉਮਰ ਹੈਗੀ ਆ ਬਿਰਧ, ਬਜ਼ੁਰਗ ਹੋਏ ਆ, ਇਹਨਾਂ ਨੂੰ ਲੱਗ ਜਾਣਾ ਜ਼ਿਆਦਾ ਸਮਾਂ ਸਬਜ਼ੀ ਗੁੱਡਣ ਨੂੰ, ਮੈਂ ਤੇ ਵਾਪਸ ਵੀ ਮੁੜਨਾ, ਹਨੇਰਾ ਹੋ ਜੂ ਏਦਾਂ ਤਾਂ ਵੀ ਸਬਜ਼ੀ ਮੈਂ ਗੁੱਡ ਲੈਂਦਾ। ਕੋਲ ਜਾ ਕੇ ਕਹਿੰਦਾ ਮਹਾਂਪੁਰਖੋ ਤੁਸੀਂ ਆਰਾਮ ਕਰੋ, ਮੈਂ ਸਬਜ਼ੀ ਗੁੱਡਦਾ। ਮਹਾਂਪੁਰਖ ਕਹਿੰਦਾ ਦੇਖ ਲਾ ਰਾਜਾ ਆ, ਤੂੰ ਸਬਜ਼ੀ ਗੁੱਡ ਲਓ। ਕਹਿੰਦਾ ਜੀ ਹੁਣ ਕਿਰਪਾ ਕਰੋ, ਕਰ ਲੈਣ ਦਾ ਸੇਵਾ।
ਰਾਜਾ ਹੁਣ ਸਬਜ਼ੀ ਗੁੱਡਣ ਲੱਗ ਪਿਆ। ਜਿੱਦਾਂ ਜਿੱਦਾਂ ਗੁੱਡਣੀ ਸ਼ੁਰੂ ਕਰਤੀ ਓਦਾਂ ਓਦਾਂ ਅੰਦਰ ਦੀ ਮੈਲ ਦੂਰ ਹੋਣ ਲੱਗ ਪਈ। ਆਖੋ ਸਤਨਾ ਸ਼੍ਰੀ ਵਾਹਿਗੁਰੂ। ਆ ਵੀ ਮੈਲ ਹੀ ਸੀ ਕਿ ਮੈਂ ਰਾਜਾ, ਇਹ ਵੀ ਮੈਲ ਹੀ ਬਣਦੀ ਹੈ। ਮੈਲ ਹੁਣ ਦੂਰ ਹੋਣ ਲੱਗ ਪਈ। ਜਿੱਦਾਂ ਜਿੱਦਾਂ ਮੈਲ ਦੂਰ ਹੋ ਰਹੀ ਅੰਦਰ ਨਿਮਰਤਾ ਆਈ ਜਾਂਦੀ ਹੈ। ਉਧਰੋਂ ਉਹਦੇ ਛੋਟੇ ਭਰਾ ਨੇ ਇੱਕ ਬੰਦਾ ਮਗਰ ਭੇਜਿਆ ਸੀ ਕਿ ਜਦੋਂ ਤੇਰਾ ਦਾ ਲੱਗੇ ਉੱਚੇ ਟੱਬਾ ਆ ਉੱਥੇ ਉੱਤੇ ਬਹਿ ਜੀ ਤੇ ਰਾਜੇ ਦੇ ਗੋਲੀ ਮਾਰਨੀ ਤੂੰ ਜਾਨੋ ਮਾਰਨਾ। ਉਹ ਹੁਣ ਦੇਖਦਾ ਵੀ ਰਾਜਾ ਇਕੱਲਾ ਹੀ ਸਬਜ਼ੀ ਕੁੱਟ ਰਿਹਾ, ਹੁਣ ਗੋਲੀ ਮਾਰ ਦਿੰਦਾ। ਇੱਧਰੋਂ ਨਿਸ਼ਾਨਾ ਤੱਕ ਰਿਹਾ, ਰਾਜਾ ਕਰਦਾ ਸੇਵਾ। ਉਧਰੋਂ ਸ਼ੇਰ ਆਇਆ, ਉਹਨੇ ਉਹੀ ਬਾਂਹ ਫੜ ਲਈ ਜਿਹਦੇ ਨਾਲ ਇਹ ਘੋੜਾ ਨੱਪਣ ਲੱਗਾ ਸੀ। ਆਖੋ ਸਤਨਾ ਬਾਂਹ ਫੜ ਲਈ। ਜਦੋਂ ਸਿਮਰਨ ਵਿੱਚ ਬੈਠੇ ਹੋਈਦਾ, ਸੇਵਾ ਵਿੱਚ ਬੈਠੇ ਹੋਈਦਾ ਨਾ, ਉਦੋਂ ਕਹਿੰਦੇ ਘਬਰਾਈਦਾ ਨਹੀਂ ਹੁੰਦਾ ਮੇਰੇ ਨਾਲ ਆਹ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਮੇਰੇ ਬੱਚਿਆਂ ਨੂੰ ਆਹ ਨਾ ਹੋ ਜਾਵੇ, ਇੱਦਾਂ ਨਾ ਹੋ ਜਾਵੇ। ਉਦੋਂ ਆਉਂਦੇ ਨਾ ਗਿਆ ਲੈਂਦਾ, ਜਦੋਂ ਸੇਵਾ ਕਰੀਦੀ ਆ ਸਿਮਰਨ। ਕਹਿੰਦੇ ਚੇਤੇ ਰੱਖੀ ਉਦੋਂ ਤੇਰੀ ਰੱਖਿਆ ਕਰਨ ਵਾਲਾ ਰੱਬ ਹੁੰਦਾ ਆ। ਆਖੋ ਸਤਨਾਮ। ਉਹ ਜਿਹਦੀ ਯਾਦ ਵਿੱਚ ਤੂੰ ਜੁੜਿਆ ਉਹ ਤੇਰੀ ਰੱਖਿਆ ਕਰ ਰਿਹਾ ਹੁੰਦਾ। ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾ, ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, 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 ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ, ਪਰਮਾਤਮਾ ਰਾਖਾ ਹੈ ਪਰਮਾਤਮਾ, ਜਿਹਦਾ ਰਾਖਾ ਹੈ ਪਰਮਾਤਮਾ, ਰਾਖਾ ਹੈ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਸ
ਆਖਾ ਹੈ ਪਰਮਾਤਮਾ। ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਸ ਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰ ਸਕਦਾ ਜਿਹਦੀ ਰੱਖਿਆ ਕਰਨ ਵਾਲਾ ਰੱਬ ਹੈ। ਮਹਾਂਪੁਰਖਾਂ ਦੇ ਘਰ ਦੀ ਸੇਵਾ ਕਰਨੀ ਰੱਬ ਦੇ ਘਰ ਦੀ ਸੇਵਾ ਹੀ ਆ, ਕੋਈ ਵੱਖਰੀ ਥੋੜ੍ਹਾ ਹੁੰਦੀ ਆ। ਮਹਾਂਪੁਰਖ ਜਿਹੜੇ ਬਚਨ ਕਰਦੇ ਉਹ ਵੀ ਰੱਬ ਹੀ ਬੋਲ ਰਿਹਾ ਹੈ, ਮਹਾਂਪੁਰਖਾਂ ਦੀ ਸੇਵਾ ਕਰਨੀ ਉਹ ਵੀ ਰੱਬ ਦੀ ਸੇਵਾ ਹੋ ਰਹੀ ਹੈ। ਮਹਾਂਪੁਰਖਾਂ ਦਾ ਘਰ ਰੱਬ ਦਾ ਘਰ, ਰੱਬ ਦੇ ਘਰ ਦੀ ਸੇਵਾ ਕਰਨ ਰਿਹਾ ਰਾਜਾ ਤੇ ਬਿਲਕੁਲ ਨਿਮਰਤਾ ਚਾਹ ਜੋ ਮੈਲ ਸੀ ਖਤਮ ਹੋਈ ਸੀ। ਉਧਰ ਉਹਨੇ ਨਿਸ਼ਾਨਾ ਤੱਕਿਆ, ਘੋੜਾ ਨੱਪਣ ਹੀ ਲੱਗਿਆ, ਸ਼ੇਰ ਨੇ ਆ ਕੇ ਬਾਹ ਹੀ ਫੜ ਲਿਆ, ਬੜਾ ਜ਼ਿਆਦਾ ਜ਼ਖਮੀ ਕੀਤਾ, ਮਸੀਂ ਜਾਨ ਬਚਾ ਕੇ ਭੱਜਿਆ। ਜੇ ਤੇ ਭੱਜਦਾ ਸੀ ਆਪਣੇ ਰਾਜ ਵੱਲ ਨੂੰ ਤੇ ਸ਼ੇਰ ਮੋਹਰੇ ਕਹਿੰਦਾ ਵੀ ਹੁਣ ਬਚਾ ਕਿੱਦਾਂ, ਕਹਿੰਦਾ ਹੁਣ ਮਹਾਂਪੁਰਖ ਹੀ ਬਚਾਉਣਗੇ, ਉਹਨਾਂ ਦੀ ਕੁਟੀਆ ਵੱਲ ਨੂੰ ਜਾਂਦਾ ਕੋ ਸਤਨਾ ਗੁਰੂ ਕੁਟੀਆ ਆ ਕੇ ਡਿੱਗ ਪਿਆ। ਰਾਜੇ ਨੇ ਦੇਖਿਆ ਵੀ ਆ ਕੋਈ ਜ਼ਖਮੀ ਬੜਾ ਹੋਇਆ ਭੱਜਾ ਆਇਆ, ਮਹਾਂਪੁਰਖ ਵੀ ਆ ਗਏ। ਮਹਾਂਪੁਰਖਾਂ ਨੇ ਨਾਲ ਹੋ ਕੇ ਰਾਜੇ ਨੇ ਤੇ ਮਹਾਂਪੁਰਖਾਂ ਨੇ ਜ਼ਖਮ ਸਾਫ਼ ਕੀਤਾ, ਮੱਲ ਪੱਟੀ ਕੀਤੀ, ਉਹਨੂੰ ਤੰਦਰੁਸਤ ਕੀਤਾ। ਤੇ ਉਹ ਜਦੋਂ ਨਾ ਉਹਨੇ ਦੇਖਿਆ ਵੀ ਰਾਜਾ ਮੇਰੀ ਮੱਲਮ ਪੱਟੀ ਕਰ ਰਿਹਾ ਸੀ, ਮੇਰੀ ਸੇਵਾ ਕਰ ਰਿਹਾ ਸੀ, ਤੇ ਉਹਨੇ ਰਾਜੇ ਦੇ ਚਰਨੀ ਹੱਥ ਲਾਏ। ਰਾਜਾ ਕਹਿੰਦਾ ਵੀ ਤੈਨੂੰ ਭੁਲੇਖਾ ਪੈ ਗਿਆ, ਸੁਣਿਓ ਧਿਆਨ ਨਾਲ ਵੀ ਕਥਾ, ਕਹਿੰਦਾ ਵੀ ਤੈਨੂੰ ਭੁਲੇਖਾ ਪੈ ਗਿਆ। ਉਹ ਕਹਿਣ ਲੱਗਾ ਕਾਹਦਾ, ਕਹਿੰਦਾ ਮਹਾਂਪੁਰਖ ਮੈਂ ਨੀ, ਮਹਾਂਪੁਰਖਾਂ ਨਾਲ ਬੈਠੇ ਮੇਰੇ। ਉਹ ਕਹਿੰਦਾ ਮੈਨੂੰ ਪਤਾ ਆ ਇਹਨਾਂ ਦੇ ਵੀ ਚਰਨੀ ਹੱਥ ਤੇ ਲਾਉਣਾ ਹੀ ਲਾਉਣਾ ਮਹਾਂਪੁਰਖਾਂ ਦੇ, ਪਰ ਤੁਹਾਡੇ ਵੀ ਲਾਉਣਾ ਬਣਦਾ ਆ। ਉਹ ਕਹਿੰਦੇ ਮੇਰੇ ਕਿਉਂ ਲਾਉਣਾ ਵੀ ਚਰਨੀ ਹੱਥ, ਕਹਿੰਦੇ ਤੁਹਾਡੇ ਤਾਂ ਆਉਣਾ, ਮੈਂ ਤੇ ਤੁਹਾਨੂੰ ਮਾਰਨ ਵਾਸਤੇ ਆਇਆ ਸੀ ਪਰ ਤੁਸੀਂ ਮੈਨੂੰ ਬਚਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਮੈਂ ਤੇ ਆਇਆ ਸੀ ਮਾਰਨ ਤੁਹਾਨੂੰ ਤੇ ਤੁਸੀਂ ਬਚਾ ਲਿਆ, ਮੈਂ ਤੇ ਪਾਪੀ ਸੀ, ਤੁਸੀਂ ਪਾਪੀ ਨੂੰ ਵੀ ਬਚਾਇਆ। ਰਾਜਾ ਕਹਿੰਦਾ ਵੀ ਸੁਭਾਅ ਤੇ ਮੇਰਾ ਹੈ ਨਹੀਂ ਇਦਾਂ ਦਾ ਵੀ ਪਾਪੀਆਂ ਨੂੰ ਤੇ ਮੈਂ ਬਹੁਤ ਛੇਤੀ ਦੰਡ ਦਿੰਦਾ ਹੁੰਦਾ, ਪਰ ਪਤਾ ਨਹੀਂ ਮਹਾਂਪੁਰਖਾਂ ਦੇ ਘਰ ਦੀ ਸੇਵਾ ਕਰਦੇ ਕਰਦੇ ਦੇ ਅੰਦਰ ਇੰਨੀ ਨਿਮਰਤਾ ਆ ਗਈ, ਆ ਹੁਣ ਜਿਹੜੀ ਤੂੰ ਗੱਲ ਦੱਸ ਕੇ ਵੀ ਹਟਿਆ, ਮੇਰੇ ਅੰਦਰ ਕ੍ਰੋਧ ਨਹੀਂ ਉੱਠਿਆ ਵੀ ਇਹਨੂੰ ਮਾਰਨਾ ਚਾਹੀਦਾ ਸੀ, ਇਹ ਕਿਉਂ ਮੈਨੂੰ ਮਾਰਨ ਵਾਸਤੇ ਆਇਆ। ਉਹਨੇ ਫਿਰ ਸਾਰੀ ਗੱਲ ਦੱਸੀ ਜੀ ਤੁਹਾਡੇ ਭਰਾ ਨੇ ਭੇਜਿਆ ਸੀ, ਉਹ ਰਾਜ ਭਾਗ ਸਾਂਭਣਾ ਚਾਹੁੰਦਾ, ਤਾਂਹੀਓ ਤੁਹਾਨੂੰ ਇੱਦਾਂ ਭੇਜਿਆ ਵੀ ਸਾਦੇ ਵਸਤਰ ਪਾ ਕੇ ਜਾਓ, ਕੋਈ ਫੌਜ ਨਹੀਂ ਨਾਲ ਲੈ ਕੇ ਜਾਣੀ, ਕੋਈ ਸ਼ਸਤਰ ਨਹੀਂ ਲੈ ਕੇ ਜਾਣਾ। ਰਾਜਾ ਕਹਿੰਦਾ ਮਹਾਂਪੁਰਖੋ ਸਬਜ਼ੀ ਗੁੱਡੀ ਗਈ ਜੀ, ਹੁਣ ਤੇ ਸਵਾਲਾਂ ਦੇ ਜਵਾਬ ਦੇ ਦਿਓ। ਮਹਾਂਪੁਰਖ ਕਹਿੰਦੇ ਅਜੇ ਮਿਲੇ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਅਜੇ ਮਿਲੇ ਹੀ ਨਹੀਂ ਸਵਾਲਾਂ ਦੇ ਜਵਾਬ। ਕਹਿੰਦਾ ਜੀ ਮੈਨੂੰ ਤੇ ਪਤਾ ਨਹੀਂ ਲੱਗਾ। ਕਹਿੰਦੇ ਚੱਲ ਪੁੱਛ ਪਏ। ਕਹਿੰਦਾ ਜੀ ਪਹਿਲਾ ਸਵਾਲ ਇਹ ਆ, ਚੰਗਾ ਕੰਮ ਕਿਹੜਾ ਹੁੰਦਾ, ਧਿਆਨ ਨਾਲ ਸੁਣਿਓ, ਚੰਗਾ ਕੰਮ ਕਿਹੜਾ ਹੁੰਦਾ। ਕਹਿੰਦੇ ਜਿਹੜਾ ਕਰਦਾ ਸੀ ਥੋੜਾ ਚਿਰ ਪਹਿਲਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸੇਵਾ ਵੀ ਕਰਦਾ ਸੀ ਇਹ ਵੀ ਚੰਗਾ ਕੰਮ, ਆ ਮਲਮ ਪੱਟੀ ਜਿਹੜਾ ਤੈਨੂੰ ਮਾਰਨ ਵਾਸਤੇ ਆਇਆ ਉਹਦੀ ਕਰ ਰਿਹਾ, ਇਹ ਵੀ ਚੰਗਾ ਕੰਮ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਹਟਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਚੰਗਾ ਕੰਮ ਕਹਿੰਦਾ ਜੀ ਕਿਹੜਾ ਹੁੰਦਾ, ਕਹਿੰਦੇ ਆ ਜਿਹੜਾ ਕਰ ਰਿਹਾ। ਦਇਆ ਜਦੋਂ ਆ ਗਈ ਨਾ ਅੰਦਰ ਦਇਆ, ਕਹਿੰਦੇ ਉਦੋਂ ਸਭ ਕੁਛ ਹੀ ਮਿਲ ਜਾਂਦਾ।
ਤੇ ਜੇ ਦਇਆ ਅੰਦਰ ਨੀ ਤੇਰੀ ਮਾਲਾ ਫੜੀ ਵੀ ਫਿਰ ਕਿਸੇ ਕੰਮ ਦੀ ਨੀ। ਆਖੋ ਸਤਨਾਮ। ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਬਾਟਾ ਹੋਇਆ ਜਗ ਮਜ ਕਦੇ ਵੀ ਨਹੀਂ ਸੀਂਦਾ, ਬਾਟਾ ਹੋਇਆ ਜਗ ਮਜ ਕਦੇ ਵੀ ਕੱਖ ਵੀ ਨੀ ਕੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨੀ ਕੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨੀ ਕੀਤਾ, ਐਵੇਂ ਮਾਲਾ ਫੇਰੀ ਤੂੰ ਤਾਂ ਕੱਖ ਵੀ ਨੀ ਕੀਤਾ, ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨੀ ਕੀਤਾ, ਮਾਲ ਫੇਰੀ ਤੂੰ ਤੇ ਕੱਖ ਵੀ ਨੀ ਕੀਤਾ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ, ਕਦੀ ਕਿਸੇ ਰੋਂਦੇ ਨੂੰ ਹਸਾਇਆ ਈ ਤੇ ਦੱਸ ਖਾਂ, ਕਦੀ ਕਿਸੇ ਭੁੱਖੇ ਨੂੰ ਰਜਾਇਆ ਈ ਤੇ ਦੱਸ ਖਾਂ। ਮਹਾਂਪੁਰਖਾਂ ਨੇ ਸਮਝਾਇਆ ਹੈ, ਕੋਈ ਇਨਸਾਨ ਇਹ ਮਾਲਾ ਫੜ ਕੇ ਬੈਠਾ ਧਿਆਨ ਨਾਲ ਸੁਣਿਓ, ਕਹਿੰਦੇ ਜੇ ਉਹਨੂੰ ਪੁੱਛੀਏ ਕਦੀ ਜੀਵਨ ਵਿੱਚ ਕਿਸੇ ਰੋਂਦੇ ਨੂੰ ਹਸਾਇਆ, ਕੋਈ ਇਦਾਂ ਦਾ ਵਧੀਆ ਕੰਮ ਕੀਤਾ ਕਿ ਕੋਈ ਰੋਂਦਾ ਹੋਵੇ, ਕੋਈ ਦੁਖੀ ਹੋਵੇ, ਉਹਦਾ ਦੁੱਖ ਸਾਂਝਾ ਕਰੇ, ਕਦੀ ਕਿਸੇ ਭੁੱਖੇ ਨੂੰ ਰਜਾਇਆ, ਪ੍ਰਸ਼ਾਦਾ ਪਾਣੀ ਛਕਾਇਆ ਕਦੀ ਭੁੱਖੇ ਨੂੰ? ਤੇ ਜੇ ਕਹਿੰਦਾ ਨਹੀਂ ਮੈਂ ਨਾ ਰੋਂਦੇ ਨੂੰ ਹਸਾਇਆ ਕਦੀ, ਨਾ ਭੁੱਖੇ ਨੂੰ ਰਜਾਇਆ ਕਦੀ, ਫਿਰ ਮਹਾਂਪੁਰ ਕਹਿੰਦੇ ਪਾਟਾ ਹੋਇਆ ਜ਼ਖਮ ਕਦੀ ਸੀਂਦਾ? ਵੀ ਕਿਸੇ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਹੋਵੇ, ਕਿਤੇ ਜ਼ਖਮ ਹੋ ਜਾਵੇ, ਉਹਨੂੰ ਮਲਮ ਪੱਟੀ ਕਦੀ ਕਰਾਈ ਕਿਸੇ ਕੋਲੋਂ? ਨਹੀਂ,
ਕਹਿੰਦੇ ਪਏ ਜੇ ਮਾਲਾ ਫੜੀ ਦਾ ਤੈਨੂੰ ਫਾਇਦਾ ਨਹੀਂ ਹੋਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਾਟਾ ਹੋਇਆ ਜ਼ਖਮ ਜੇ ਕਦੇ ਵੀ ਨਹੀਂ ਸੀਂਤਾ ਹੋਇਆ ਐਵੇਂ ਮਾਲਾ ਫੇਰੀ ਤੂੰ ਤੇ ਕੱਖ ਵੀ ਨਹੀਂ ਕੀਤਾ ਹਜੇ ਤੱਕ ਤੇ ਉਹ ਰਾਹ ਤੇ ਤੁਰਿਆ ਹੀ ਨਹੀਂ ਜਿਹੜੀ ਮਾਲਾ ਜਿਹੜਾ ਰਾਹ ਦਿਖਾਉਂਦੀ ਆ ਉਹ ਰਾਹ ਤੇ ਤੁਰਿਆ ਹੀ ਕਹਿੰਦਾ ਜੀ ਕੰਮ ਕਿਹੜਾ ਚੰਗਾ ਹੁੰਦਾ ਮਹਾਂਪੁਰਖ ਕਹਿੰਦੇ ਰਾਜਨ ਜਿਹੜਾ ਕਰ ਰਿਹਾ ਸੀ ਇਹ ਤੋਂ ਵਧੀਆ ਹੋਰ ਕਿਹੜਾ ਕੰਮ ਹੋਣਾ ਕੰਮ ਸਾਰੇ ਚੰਗੇ ਆ ਕਿਰਤ ਕਰਨੀ ਚਾਹੀਦੀ ਆ ਪਰਿਵਾਰ ਨੂੰ ਪਾਲਣਾ ਵੀ ਆ ਪਰ ਕਹਿੰਦੇ ਜਿਹੜੀ ਆ ਤੂੰ ਸੇਵਾ ਕਰ ਰਿਹਾ ਸੀ ਤੂੰ ਵੱਡਾ ਹੋਰ ਕੋਈ ਕੰਮ ਨਹੀਂ ਕਹਿੰਦੇ ਜੀ ਚੰਗਾ ਸਮਾਂ ਕਿਹੜਾ ਹੁੰਦਾ ਕਹਿੰਦੇ ਸਮਾਂ ਵੀ ਆਹ ਹੀ ਚੰਗਾ ਆ ਆ ਜਿਹੜਾ ਤੂੰ ਕੱਟ ਕੇ ਹਟਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਾਂ ਜਿਹੜਾ ਤੇਰੇ ਤੇ ਹੁਣ ਵੀ ਚੱਲ ਰਿਹਾ ਸਮਾਂ ਉਹਨਾਂ ਦਾ ਕਹਿਣ ਦਾ ਅਰਥ ਇਹ ਸੀ ਮਹਾਂਪੁਰਖਾਂ ਦੇ ਕੋਲ ਆਇਆ ਚੱਲ ਕੇ ਸਮਾਂ ਵਧੀਆ ਆ ਕੇ ਸੇਵਾ ਕੀਤੀ ਇਹ ਵੀ ਸਮਾਂ ਵਧੀਆ ਫਿਰ ਉਹਦਾ ਜ਼ਖਮ ਕਿੰਨਾ ਸੀ ਉਹਨੂੰ ਹੋਇਆ ਮਲਮ ਪੱਟੀ ਕੀਤੀ ਉਹ ਵੀ ਸਮਾਂ ਵਧੀਆ ਹੁਣ ਮਹਾਂਪੁਰਖਾਂ ਦੇ ਬਚਨ ਸੁਣ ਕੇ ਤੇ ਮਤ ਲੈ ਰਿਹਾ ਇਹ ਵੀ ਸਮਾਂ ਵਧੀਆ ਕਹਿੰਦੇ ਆ ਪਿਆਰੇ ਜਿਹੜਾ ਸਮਾਂ ਬਤੀਤ ਕਰ ਰਹੇ ਹਾਂ ਵਧੀਆ ਹੀ ਆ ਕਹਿੰਦਾ ਜੀ ਸੱਤ ਬਚਨ ਕਹਿੰਦਾ ਜੀ ਮੇਰਾ ਤੀਜਾ ਸਵਾਲ ਰਹਿੰਦਾ ਦੋਵਾਂ ਤੋਂ ਮੈਂ ਤ੍ਰਿਪਤ ਹੋ ਗਿਆ ਤੀਜਾ ਸਵਾਲ ਇਹ ਆ ਕਿ ਚੰਗਾ ਇਨਸਾਨ ਕਿਹੜਾ ਹੁੰਦਾ ਮੈਂ ਬਣ ਸਕਦਾ ਜੀ ਚੰਗਾ ਇਨਸਾਨ ਮਹਾਂਪੁਰਖ ਕਹਿੰਦੇ ਹਾਂ ਕਹਿੰਦੇ ਕਿੱਦਾਂ ਕਹਿੰਦੇ ਜੇ ਆਪਣੇ ਭਰਾ ਨੂੰ ਬਖਸ਼ ਦੇਵੇ ਆਖੋ ਸਤਨਾਮ ਵੀ ਤੇਰਾ ਭਰਾ ਤੈਨੂੰ ਮਾਰਨਾ ਚਾਹੁੰਦਾ ਨਾ ਚੰਗਾ ਇਨਸਾਨ ਤੂੰ ਵੀ ਤਾਂ ਬਣ ਸਕਦਾ ਜੇ ਉਹਨੂੰ ਬਖਸ਼ ਦੇਵੇ ਕਹਿੰਦਾ ਮਹਾਂਪੁਰਖੋ ਵੀ ਮੇਰੇ ਅੰਦਰ ਇੰਨੀ ਸਮਰਥਾ ਹੈ ਨਹੀਂ ਮੈਂ ਤੇ ਪਹਿਲਾਂ ਹੀ ਸੋਚੀ ਜਾਂਦਾ ਇੱਥੇ ਬੈਠਾ ਜਦੋਂ ਦਾ ਇਹਨੇ ਮੈਨੂੰ ਦੱਸਿਆ ਕਿ ਉਹਨੇ ਉਹ ਮਾਰਨਾ ਚਾਹੁੰਦਾ ਸੀ ਰਾਜਭਾਗ ਸਾਂਭਣਾ ਚਾਹੁੰਦਾ ਸੀ ਮੈਂ ਤੇ ਪਹਿਲਾਂ ਹੀ ਸੋਚਿਆ ਵੀ ਉਹਨੂੰ ਜਾ ਕੇ ਪਹਿਲਾਂ ਸੂਲੀ ਤੇ ਟੰਗਣਾ ਮਹਾਰਾਜ ਜੀ ਕਹਿੰਦੇ ਮਹਾਂਪੁਰਖ ਕਹਿੰਦੇ ਵੀ ਨਹੀਂ ਫੇ ਚੰਗਾ ਇਨਸਾਨ ਨਹੀਂ ਤੂੰ ਦੋ ਕੰਮ ਤੇ ਵਧੀਆ ਹੋ ਗਿਆ ਤੀਜੇ ਤੋਂ ਫਿਰ ਤੂੰ ਫੇਲ ਹੀ ਆ ਕਹਿੰਦਾ ਜੀ ਇੰਨਾ ਸਿਦਕ ਲਿਆਵਾਂ ਕਿੱਥੋਂ ਇੰਨਾ ਸਬਰ ਲਿਆਵਾਂ ਕਿੱਥੋਂ ਕਹਿੰਦੇ ਸਿਮਰਨ ਵਿੱਚੋਂ ਮਿਲਦਾ ਸਿਦਕ ਤੇ ਸਬਰ ਸਿਮਰਨ ਕਰਿਆ ਉੱਥੇ ਮਹਾਂਪੁਰਖਾਂ ਕੋਲ ਚੌਂਕੜਾ ਲਾ ਕੇ ਬਹਿ ਗਿਆ ਅੱਖਾਂ ਬੰਦ ਕਰ ਲਈਆਂ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਅੱਲਾ ਅੱਲਾ ਜੋ ਵੀ ਉਹਨੇ ਜਪਣਾ ਰੱਬ ਦਾ ਨਾਮ ਲੈਣਾ ਸ਼ੁਰੂ ਕਰਤਾ ਹੁਣ ਮਹਾਂਪੁਰਖਾਂ ਨੂੰ ਪਤਾ ਵੀ ਗੱਲ ਅੱਧੀ ਸੁਣਦਾ ਆ ਤੇ ਲੱਗ ਪੈਂਦਾ ਕੰਮ ਉਹ ਕਰ ਹੁਣ ਜਦੋਂ ਘੜੀ ਬੀਤੀ ਨਾ ਕਦੀ ਇੱਧਰਲਾ ਕੁੰਡਾ ਤਾਂ ਉਹਨੂੰ ਚੱਕ ਲਵੇ ਤੇ ਕਦੇ ਇੱਧਰਲਾ ਚੱਕ ਲਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਪਹਿਲਾਂ ਸਮਝਣਾ ਪੈਂਦਾ ਵੀ ਅਭਿਆਸ ਕਰੀਦਾ ਕਿੱਦਾਂ ਮਹਾਂਪੁਰਖਾਂ ਕੋਲ ਬਹਿ ਗਏ ਸੁਰਤੀ ਜੁੜਤੀ ਕਿੱਦਾਂ ਆ ਉਹ ਕਹਿੰਦਾ ਵੀ ਛੇਤੀ ਸਭ ਕੁਛ ਮੈਨੂੰ ਮਿਲ ਜਾਵੇ ਸਿਦਕ ਤੇ ਸਬਰ ਵੀ ਹੋਣੀ ਆ ਜਾਂਦੀ ਮਹਾਂਪੁਰਖ ਸਮਝਾ ਰਹੇ ਅੱਧੀ ਗੱਲ ਕੀਤੀ ਉਹ ਚੌਂਕੜਾ ਲਾ ਕੇ ਬਹਿ ਕੇ ਅੱਖਾਂ ਬੰਦ ਕਰ ਘੜੀ ਇੱਕ ਬੀਤੀ ਆ ਕਿ ਘੜੀ 24 ਕੁ ਮਿੰਟਾਂ ਦੇ ਲਗਭਗ ਦੱਸਦੇ ਆ ਇੰਨਾ ਕੁ ਸਮਾਂ ਹੋਇਆ ਕਦੀ ਇੱਧਰੋਂ ਗੋਡਾ ਤਾਂ ਤੇ ਕਦੀ ਇੱਧਰੋਂ ਗੋਡਾ ਤਾਂ ਜੋ ਡੇਢ ਕੁ ਘੜੀ ਲੰਘੀ ਨਾ ਅੱਧੀ ਘੜੀ ਹੋਰ ਉੱਠ ਕੇ ਖੜਾ ਹੋ ਗਿਆ ਕਹਿੰਦਾ ਜੀ ਔਖਾ ਕੰਮ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਔਖਾ ਕਹਿੰਦਾ ਜੀ ਕੰਮ ਕਹਿੰਦਾ ਜੀ ਮੈਂ ਤੇ ਸੋਚਿਆ ਸੀ ਬਾਬਿਆਂ ਨੂੰ ਫਾਇਦਾ ਵੀ ਬੈਠੇ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਕਰੀ ਜਾਂਦੇ ਇਹਨਾਂ ਕਿਹੜਾ ਕੋਈ ਕੰਮ ਆ ਮੈਂ ਤੇ ਸੋਚਦਾ ਹੀ ਯੁੱਧ ਕਰਨਾ ਔਖਾ ਰਾਜ ਭਾਗ ਸੰਭਾਲਣਾ ਔਖਾ ਪਰ ਡੇਢ ਕੁ ਘੜੀ ਵਿੱਚ ਹੀ ਅਕਲ ਆ ਗਈ ਸਮਝ ਆ ਗਈ ਕਿ ਆਖਣ ਔਖਾ ਸਮਝ ਆ ਗਈ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਤੇ ਔਖਾ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ
ਅੱਖਾਂ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਅੱਖਾਂ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਅੱਖਾਂ ਤੇਰਾ ਨਾਮ ਜਪਣਾ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਆਪ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਔਖਾ ਤੇਰਾ ਸੀ ਨਾਮ ਜਪਣਾ ਔਖਾ ਤੇਰਾ ਜੀ ਨਾਮ ਜਪਣਾ ਜਪਣਾ ਔਖਾ ਤੇਰਾ ਜੀ ਨਾਮ 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 ਜਪਣਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਜੀ ਔਖਾ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਸਾਰੇ ਦੁਨੀਆ ਦੇ ਔਖਾ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਕੰਮ ਸਾਰੇ ਦੁਨੀਆ ਦੇ ਸੌਖੇ ਨੇ ਔਖਾ ਤੇਰਾ ਨਾਮ ਜਪਣਾ ਜਦੋਂ ਲੰਘਣਾ ਤੇ ਉਹਨਾਂ ਦੇ ਸੇਵਾਦਾਰ ਨੇ ਨਾਲ ਜਾਣਾ ਹੁਣ ਇੰਨਾ ਕੁ ਤੇ ਹੈ ਕਿ ਮਿੱਟੀ ਘੱਟੇ ਵਾਲਾ ਕੋਈ ਕੰਮ ਨਹੀਂ ਬਸਤਰ ਨਿਖਰੇ ਰਹਿਣੇ ਹਨ ਵਧੀਆ ਤੇ ਉੱਥੇ ਇਹਨਾਂ ਕੋਲ ਮਕਾਨ ਬਣਦੇ ਸੀ ਰਾਜਗਿਰੀ ਦੇ ਮਿਸਤਰੀ ਲੱਗੇ ਸੀ ਜਦੋਂ ਇਹਨਾਂ ਨੇ ਭਗਤ ਸੱਜੂ ਜੀ ਨੇ ਲੰਘਣਾ ਨਾਲ ਸੇਵਾਦਾਰਾਂ ਨੇ ਲੰਘਣਾ ਤੇ ਉਹਨਾਂ ਨੇ ਕਹਿਣਾ ਵੀ ਹੱਦ ਹੋ ਗਈ ਆ ਬਾਬਿਆਂ ਦੇ ਨਜ਼ਾਰੇ ਆ ਵੀ ਨਾ ਕੋਈ ਕੰਮ ਨਾ ਕਾਰ ਐਨ ਚਿੱਟੇ ਕੱਪੜੇ ਪਾਏ ਆ ਨਾ ਹੁਣ ਮੈਲੇ ਤੇ ਨਜ਼ਾਰੇ ਚ ਰਹਿੰਦੇ ਕੋਈ ਕੰਮ ਕਾਰ ਨਹੀਂ ਸੰਗਤ ਆਉਂਦੀ ਮੱਥਾ ਟੇਕ ਦਿੰਦੀ ਵੀ ਇਹਨੂੰ ਤਾਂ ਹੈ ਹੀ ਕੰਮ ਤਾਂ ਸੌਖਾ ਇਹਨਾਂ ਹੁਣ ਮਹਾਂਪੁਰਖ ਜਿਹੜੇ ਪੁੱਜੇ ਹੋਏ ਹੁੰਦੇ ਨਾ ਭਾਵੇਂ ਅਸੀਂ ਦੂਰੋਂ ਮਨ ਵਿੱਚ ਹੀ ਸੋਚਦੇ ਹਾਂ ਉਹ ਬੁੱਝ ਲੈਂਦੇ ਵੀ ਇਹ ਕੀ ਕਹਿਣਾ ਚਾਹੁੰਦਾ ਰੱਬ ਨੇ ਐਸੀ ਖੇਡ ਰਚਾਈ ਮੀਂਹ ਇੱਕ ਦਿਨ ਬੜਾ ਪਿਆ ਉਧਰੋਂ ਮਿਸਤਰੀ ਤੁਰੇ ਸੀ ਕੰਮ ਕਰਨ ਵਾਸਤੇ ਇਹ ਚੁਬਾਰੇ ਚ ਰਹਿੰਦੇ ਸੀ
ਭਗਤ ਸ਼੍ਰੀ ਗੁਰੂ ਜੀ। ਇੱਦਾਂ ਥੋੜ੍ਹੀ ਜਿਹੀ ਨਾ ਬਛੜ ਰੋਕਣ ਵਾਸਤੇ, ਸ਼ਿਪ ਨੂੰ ਰੋਕਣ ਵਾਸਤੇ ਇਹਦਾ ਪ੍ਰਸ਼ਕਤੀ ਛੱਪੀ ਹੋਈ ਸੀਗਾ। ਇਹ ਭਗਤ ਸ਼ੱਜੂ ਜੀ ਦੇ ਚਵਾਰੇ ਦੇ ਥੱਲੇ ਖੜੇ ਹੋ ਗਏ ਸਾਰੇ ਦੇ ਸਾਰੇ ਆ ਕੇ ਗੱਲਾਂ ਪਤਾ ਕੀ ਕਰਦੇ, ਕਹਿੰਦੇ ਬੜਾ ਔਖਾ ਹੋ ਗਿਆ, ਮੀਂਹ ਪੈ ਗਿਆ, ਇੱਥੇ ਦਿਹਾੜੀ ਨਹੀਂ ਲੱਗਣੀ ਤੇ ਪੈਸਾ ਘਰ ਵਿੱਚ ਨਹੀਂ ਆਉਣਾ, ਕੀ ਕਰਾਂਗੇ, ਬੜਾ ਔਖਾ ਹੋ ਗਿਆ। ਜੇ ਕੱਲ ਨੂੰ ਵੀ ਪੈਂਦਾ ਰਿਹਾ, ਕੱਲ ਨੂੰ ਵੀ ਇੱਦਾਂ ਹੀ ਪਰਸੋਂ ਪੈਂਦਾ ਰਿਹਾ, ਦਿਹਾੜੀਆਂ ਟੁੱਟ ਜਾਣੀਆਂ। ਹੁਣ ਭਗਤ ਸ਼ੱਜੂ ਜੀ ਉੱਪਰ ਬੈਠੇ ਸੁਣ ਰਹੇ ਆ, ਉਹਨਾਂ ਨੇ ਇੱਕ ਸੇਵਾਦਾਰ ਨੂੰ ਭੇਜਿਆ, ਕਹਿੰਦੇ ਜਾਓ ਥੱਲੇ ਮਿਸਤਰੀ ਖੜੇ ਉੱਪਰ ਬੁਲਾ ਕੇ ਲਿਆਓ ਸਾਰਿਆਂ ਨੇ, ਲੈਣ ਦਾ ਉੱਪਰ ਬੁਲਾ ਲਿਆ। ਭਗਤ ਸ਼ੱਜੂ ਜੀ ਕਹਿੰਦੇ ਵੀ ਬੜੇ ਦੁਖੀ ਆ, ਵੀ ਕੀ ਗੱਲ। ਉਹ ਕਹਿੰਦੇ ਜੀ ਦੁਖੀ ਇਸ ਕਰਕੇ ਵੀ ਦਿਹਾੜੀ ਟੁੱਟ ਗਈ, ਅੱਜ ਮੇਰੇ ਕੱਲ ਨੂੰ ਪਤਾ ਨੀ ਤੁਰਨਾ ਤਾਂ ਨਹੀਂ ਕੰਮ, ਪਰਸੋਂ ਵੀ ਪਤਾ ਨੀ, ਜਿੰਨੇ ਦਿਨ ਚੱਲਦਾ ਰਿਹਾ ਕੰਮ ਬੰਦ ਹੀ ਆ ਸਾਡਾ, ਜਿੰਨਾ ਚਿਰ ਮੀਂਹ ਦਾ ਕੰਮ ਚੱਲਦਾ। ਕਹਿੰਦੇ ਅੱਛਾ, ਕਹਿੰਦੇ ਵੀ ਹੁਣ ਫਿਰ ਕੀ ਚਾਹੁੰਦੇ ਤੁਸੀਂ, ਕਹਿੰਦੇ ਵੀ ਚਾਹੁੰਦੇ ਤੇ ਅਸੀਂ ਦਿਹਾੜੀ ਲੱਗਦੀ, ਕਹਿੰਦੇ ਵੀ ਜੇ ਅਸੀਂ ਦੇ ਦਈਏ ਆਖੋ ਸਤਿਨਾਮ, ਕਹਿੰਦੇ ਵੀ ਤੁਸੀਂ ਕਿਹੜਾ ਕੰਮ ਕਰਾਉਣਾ ਸਾਡੇ ਕੋਲ, ਵੀ ਇੱਥੇ ਕੋਈ ਕਰਨ ਵਾਲਾ ਦਿਸਦਾ ਤੇ ਹੈ ਨੀ, ਵੀ ਆ ਫਲਾਨਾ ਕੰਮ ਆ ਪਲਸਤਰ ਕਰਨਾ ਜਾਂ ਕੰਮ ਕਰਨਾ ਕੁਛ ਵੀ ਦਿਸਦਾ। ਉਹ ਕਹਿੰਦੇ ਵੀ ਕੰਮ ਸੌਖਾ ਹੀ ਆ, ਵੀ ਕੱਪੜੇ ਸਾਡੇ ਕੋਲ ਐਨ ਵਧੀਆ ਆ, ਹਾ ਲਾ ਕੇ ਇਸ਼ਨਾਨ ਕਰੋ ਤੇ ਹੋਰ ਭਵਾਨ ਨੇ ਤੁਹਾਨੂੰ, ਆ ਮਾਲਾ ਸਾਡੇ ਕੋਲ ਹੈ, ਚੌਂਕੜਾ ਲਾ ਕੇ ਤੇ ਮਾਲਾ ਫੇਰਨੀ ਸ਼ੁਰੂ ਕਰ ਦੋ ਆਖੋ ਸਤਨਾਮ, ਮਾਲਾ ਫੇਰਨੀ ਕਰੋ। ਉਹ ਕਹਿੰਦੇ ਲੈ ਆ ਤੇ ਕੰਮ ਹੀ ਸੌਖਾ ਮਿਲ ਗਿਆ। ਕਹਿੰਦੇ ਜੀ ਅੱਜ ਹੀ ਮਿਲੂ ਕਿ ਰੋਜ਼ ਹੀ ਮਿਲਿਆ ਕਰੂ? ਕਹਿੰਦੇ ਵੀ ਜਿੰਨੇ ਦਿਨ ਆਉਣਾ ਚਾਹੁੰਦੇ ਆਈ ਚੱਲੋ, ਦਿਹਾੜੀ ਪੂਰੀ ਮਿਲੂ ਤੁਹਾਨੂੰ। ਜਿੰਨਾ ਚਿਰ ਦਿਹਾੜੀ ਜਾਂਦੇ ਆ, ਜਿੱਦਾਂ ਹੁਣ ਆਪਾਂ ਕਹਿੰਦੇ ਵੀ 8 ਵਜੇ ਆਉਂਦੇ 5 ਵਜੇ ਵਾਪਸੀ ਜਾਂਦੇ, ਦੁਪਹਿਰ ਨੂੰ 1 ਘੰਟੇ ਦੀ ਛੁੱਟੀ, ਵੀ ਉਦਾਂ ਹੀ ਕਰਿਓ, ਹੋਰ ਕੁਛ ਨਹੀਂ ਕਰਨਾ, ਬਸ ਰਾਮ ਰਾਮ ਹਰੀ ਹਰੀ ਵਾਹਿਗੁਰੂ ਵਾਹਿਗੁਰੂ, ਬਸ ਇਹ ਕਹਿਣਾ। ਉਹ ਕਹਿੰਦੇ ਵੀ ਹੋਰ ਕੀ ਚਾਹੀਦਾ ਸਾਨੂੰ, ਅਸੀਂ ਜ਼ਰੂਰੀ ਧੁੱਪੇ ਸੜਨ। ਹੁਣ ਇਸ਼ਨਾਨ ਸਾਰਿਆਂ ਨੇ ਕੀਤਾ, ਮਹਾਂਪੁਰਖਾਂ ਨੇ ਬਸਤਰ ਸੀ ਵਧੀਆ। ਉਹ ਕਹਿੰਦੇ ਵੀ ਆਹ ਪਾ ਕੇ ਬਹਿ ਜਾਓ, ਸਾਰਿਆਂ ਨੂੰ ਪਵਾ ਤੇ ਲਾ ਲੈ ਚੌਂਕੜੇ, ਮਾਲਾ ਫੜਾਤੀਆਂ। ਕਹਿੰਦੇ ਵੀ ਜੱਪੀ ਚ ਲੋਕਾਂ ਬੰਦ ਕਰ। ਹੁਣ ਪਹਿਲਾਂ ਤੇ ਬੜਾ ਚਾਅ ਆਇਆ, ਇੱਕ ਸੇਵਾਦਾਰ ਨੂੰ ਖੜਾ ਕਰ ਦਿੱਤਾ, ਕਹਿੰਦਾ ਵੀ ਜਿਹੜਾ ਗੋਡਾ ਤਾਂ ਨੂੰ ਕਰੇ ਮਾੜੀ ਜੀ ਸੋਟੀ ਲਾ ਦੇਈ ਆਖੋ ਸਤਨਾਮ। ਹੁਣ ਅਭਿਆਸ ਕਦੀ ਕੀਤਾ ਨੀ, ਅਭਿਆਸ ਤੋਂ ਬਗੈਰ ਨੀ ਪਤਾ ਲੱਗਦਾ, ਅਭਿਆਸ ਤੋਂ ਬਗੈਰ। ਤੇ ਕਈ ਵਾਰੀ ਇੱਦਾਂ ਹੁੰਦਾ ਕੰਮ, ਤੁਸੀਂ ਦੇਖਿਓ ਕਈ ਵਾਰੀ ਸੰਗਤ ਵਿੱਚ ਬੈਠੇ ਹੁੰਦੇ, ਉਹ ਗੋਡੇ ਇੱਦੂ ਥੱਲੇ ਜਾਂਦੇ ਹੀ ਨੀ, ਕਦੀ ਚੌਂਕੜੀ ਨੀ ਮਾਰੀ, ਇੱਥੇ ਹੀ ਰਹਿੰਦੇ ਟਿੱਕੇ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਥੱਲੇ ਕਰਨ, ਇੱਥੇ ਹੀ ਰਹਿਣੇ। ਦੇਖਿਆ ਨਾ ਕਈ ਆਪਾਂ ਕਈਆਂ ਦੇ ਗੋਡੇ, ਉਹ ਇੱਥੇ ਹੀ ਰਹਿੰਦੇ ਟਿੱਕੇ, ਥੱਲੇ ਨੂੰ ਆਉਂਦੇ ਨੀ, ਵਿਚਾਰੇ ਇੱਦਾਂ ਹੀ ਬੈਠੇ ਹੁੰਦੇ ਹੱਥ ਜੋੜ ਕੇ, ਪਤਾ ਲੱਗਦਾ ਵੀ ਕਦੀ ਚੌਂਕੜਾ ਨਹੀਂ ਲੱਗਾ। ਹੁਣ ਚੌਂਕੜੀ ਉਹਨਾਂ ਨੂੰ ਵੀ ਹੁਣ ਰਾਜੇ ਵਾਲੇ ਕੰਮ ਚੋਂ ਘੜੀ ਕੁ ਹੋਈ, ਤੇ ਕਦੀ ਇੱਧਰ ਨੂੰ ਤਾਂ ਨੂੰ ਗੋਡਾ ਕਰਨ, ਤੇ ਕਦੀ ਇੱਧਰ ਨੂੰ ਸੇਵਾਦਾਰ ਥੋੜ੍ਹੀ ਜਿਹੀ ਇਹਦਾ ਸੋਟੀ ਲਾ ਦਿਆ ਕਰੇ ਜਿਹੜਾ ਤਾਂ ਨੂੰ ਗੋਡਾ ਕਰੇ। ਅੱਧਾ ਪੌਣਾ ਘੰਟਾ ਲੰਘਾ ਤੇ ਅੱਖਾਂ ਵੀ ਖੁੱਲ ਗਈਆਂ। ਉਹ ਕਹਿੰਦੇ ਬੰਦ ਕਰੋ ਅੱਖਾਂ। ਉਹ ਉੱਠ ਕੇ ਖੜੇ ਹੋ ਗਏ, ਭਗਤ ਸ਼ੱਜੂ ਜੀ ਕੋ ਗਏ, ਕਹਿੰਦੇ ਜੀ ਔਖਾ ਕੰਮ ਸਾਡੇ ਕੋਲ ਨਹੀਂ ਹੋਣਾ। ਕਹਿੰਦੇ ਲੈ ਹੈ ਤੇ ਸੌਖਾ, ਬੈਠੇ ਚੁੱਪ ਕਰਕੇ, ਬਸ ਤੁਸੀਂ ਰਾਮ ਰਾਮ ਹੀ ਕਰੀ ਜਾਣਾ, ਹਰੀ ਹਰੀ। ਇੰਨਾ ਕੰਮ ਆ, ਕਿੰਨਾ ਕੁਛ ਕਰਨਾ ਪੈਂਦਾ ਤੁਹਾਨੂੰ ਬਾਹਰ ਜਾ ਕੇ ਧੁੱਪੇ ਸੜਦੇ ਆ, ਆਹ ਤੇ ਹੈ ਹੀ ਸੌਖਾ ਕੰਮ, ਨਾ ਗਰਮੀ ਲੱਗੇ ਨਾ ਵਾਸਤਾ, ਪੱਖੇ ਚੱਲ ਰਹੇ ਆ। ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਨਹੀਂ ਹੋਣਾ, ਸਾਡੇ ਕੰਮ ਵਧੀਆ।
ਭਗਤ ਸੱਜੂ ਜੀ ਕਹਿੰਦੇ ਵੀ ਕਿੰਨੀ ਦਿਹਾੜੀ ਮਿਲਦੀ? ਕਹਿੰਦੇ ਜੀ ਇੰਨੀ, ਕਹਿੰਦੇ ਅਸੀਂ ਡਬਲ ਦੇ ਦਿਆਂਗੇ, ਬਹਿ ਜਾਓ ਆਖੋ ਸਤ। ਹਾਂ ਸ੍ਰੀ ਵਾਹਿਗੁਰੂ, ਡਬਲ ਦਿਹਾੜੀ ਦੇ ਦਿਆਂਗੇ, ਬਹਿ ਜਾਓ। ਉਹ ਥੋੜੇ ਜਿਹੇ ਲਾਲਚ ਕਰਕੇ ਫੇਰ ਬਹਿ ਗਏ, ਕਹਿੰਦੇ ਵੀ ਡਬਲ ਦਿਹਾੜੀ ਮਿਲ ਜਾਣੀ ਹੈ। ਫੇਰ ਤੱਕ ਘੰਟਾ ਔਖੇ ਸੌਖੇ ਹੋ ਕੇ ਕੱਢਿਆ, ਫੇਰ ਉੱਠ ਕੇ ਖੜੇ ਹੋਏ, ਕਹਿੰਦੇ ਜੀ ਭਾਵੇਂ 10 ਗੁਣਾ ਜ਼ਿਆਦਾ ਦੇ ਦਿਓ, ਇਹ ਨਹੀਂ ਹੋਣਾ ਸਾਡੇ ਕੋਲ। ਆਖੋ ਸਤ। ਹਾਂ ਸ੍ਰੀ ਵਾਹਿਗੁਰੂ, ਭਾਵੇਂ 10 ਗੁਣਾ ਦਿਹਾੜੀ ਜ਼ਿਆਦਾ ਦੇ ਦਿਓ, ਇਹ ਕੰਮ ਨਹੀਂ ਸਾਡੇ ਕੋਲ ਹੋਣਾ। ਭਾਵੇਂ ਸੱਜੂ ਜੀ ਪਤਾ ਕੀ ਕਹਿੰਦੇ? ਕਹਿੰਦੇ ਥੋੜੇ ਦਿਨ ਤੇ ਪਹਿਲਾਂ ਕਹਿੰਦੇ ਬਾਬਿਆਂ ਨੂੰ ਨਜ਼ਾਰੇ ਬੜੇ ਆ। ਆਖੋ ਸਤ। ਹਾਂ ਸ੍ਰੀ ਵਾਹਿਗੁਰੂ, ਥੋੜੇ ਦਿਨ ਤੇ ਪਹਿਲਾਂ ਕਹਿੰਦੇ ਬਾਬਿਆਂ ਨਜ਼ਾਰੇ ਬਹੁਤ ਆ। ਕਹਿੰਦੇ ਜੀ ਦੂਰੋਂ ਹੀ ਦੇਖਣ ਨੂੰ ਲੱਗਦੇ ਹੈ ਕੰਮ ਔਖਾ ਤੁਹਾਡੇ, ਸਾਡੇ ਵਾਲਾ ਸਾਨੂੰ ਹੀ ਵਧੀਆ। ਮਹਾਂਪੁਰ ਕਹਿੰਦੇ ਚਲੋ ਇਹ ਤੇ ਕੋਈ ਗੱਲ ਨੀ, ਤੁਹਾਡੇ ਵਾਲਾ ਸਾਡੇ ਕੋਲ ਵੀ ਨਹੀਂ ਹੋਣਾ, ਪਰ ਇਹ ਕੰਮ ਬਹੁਤਾ ਔਖਾ ਜਿਹੜਾ ਤੁਹਾਨੂੰ ਸੌਖਾ ਲੱਗਦਾ। ਜਦੋਂ ਅੰਮ੍ਰਿਤ ਵੇਲਾ ਹੁੰਦਾ ਪਤਾ ਉਦੋਂ ਲੱਗਦਾ ਜਦੋਂ ਮਨ ਕਹਿੰਦਾ ਸੁੱਤਾ ਹੀ ਰਹਿ, ਨੀਂਦ ਤੇ ਹੋਣੀ ਵਧੀਆ ਆਈ ਹੈ। ਹੁੰਦਾ ਕਿ ਨਹੀਂ ਏਦਾਂ? ਆਪਣੇ ਉੱਠ ਹੁੰਦਾ ਕਿ ਸੌਖਾ ਉੱਠਣਾ? ਪੁਰਾਤਨ ਗ੍ਰੰਥਾਂ ਚ ਲਿਖਿਆ ਕਹਿੰਦੇ ਕੋਈ ਦੇਸ਼ ਕੌਮ ਵਾਸਤੇ ਸ਼ਹੀਦ ਹੋ ਜਾਵੇ ਤੇ ਅੰਮ੍ਰਿਤ ਵੇਲੇ ਕੋਈ ਉੱਠ ਖੜੇ, ਇੱਕੋ ਜਿਹਾ ਬਾਲਿਆ, ਮਨ ਨੂੰ ਮਾਰਨਾ ਪੈਂਦਾ ਉੱਠਣ ਲਈ, ਨਹੀਂ ਤੇ ਮਨ ਤੇ ਕਹੀ ਜਾਂਦਾ ਰਹਿਣ ਦੇ ਰਹਿਣ ਦੇ ਛੱਡ ਪਰ। ਸਿਆਲਿਆ ਤੇ ਕਹਿੰਦਾ ਠੰਡ ਬਹੁਤ ਆ, ਗਰਮੀਆਂ ਤੇ ਕਹਿੰਦਾ ਸਾਰੀ ਰਾਤ ਗਰਮੀ ਕਰਕੇ ਨੀਂਦ ਨਹੀਂ ਆਈ, ਹੁਣ ਅੰਮ੍ਰਿਤ ਵੇਲਾ ਥੋੜਾ ਜਿਹਾ ਮਾਹੌਲ ਠੰਡਾ ਹੋਇਆ ਹੁਣ ਤੇ ਨੀਂਦ ਆਈ ਆ। ਇਹ ਟਿਕਣ ਥੋੜਾ ਦਿੰਦਾ ਕਿਸੇ ਪਾਸੇ? ਹੁਣ ਮਹਾਂਪੁਰਖਾਂ ਨੂੰ ਪਤਾ ਵੀ ਇੱਕ ਸ਼ੰਕਾ ਨਿਕਲ ਗਿਆ, ਜੇ ਦੂਆ ਨਹੀਂ ਨਿਕਲਿਆ। ਦੂਜਾ ਸ਼ੰਕਾ ਪਤਾ ਕਿਹੜਾ ਸੀ? ਬਾਬੇ ਵਿਹਲੇ ਆ, ਚਲੋ ਨਾਮ ਤੇ ਜਪਦੇ ਉਹਦੇ ਨਿਕਲ ਗਿਆ ਸ਼ੰਕਾ ਬਈ ਔਖਾ ਕੰਮ, ਬਈ ਸੰਗਤ ਆ ਕੇ ਮੱਥੇ ਟੇਕੀ ਜਾਂਦੀ, ਇਹਨਾਂ ਦੇ ਪੈਸੇ ਬਣੀ ਜਾਂਦੇ। ਹੁਣ ਸੰਗਤ ਆ ਕੇ ਦਰਸ਼ਨ ਕਰਨ ਵਾਸਤੇ ਭਗਤ ਸੱਜੂ ਜੀ ਦੇ, ਹੁਣ ਦਰਸ਼ਨ ਕਰਨ ਵਾਸਤੇ ਆਈ ਸੰਗਤ ਦੇ, ਜਦੋਂ ਮੱਥਾ ਟੇਕਣਗੇ ਭਗਤ ਸੱਜੂ ਜੀ ਕਹਿੰਦੇ ਨਹੀਂ ਨਹੀਂ ਵੀ ਸਾਨੂੰ ਨਾ ਟੇਕਿਓ, ਆ ਭਗਤ ਪਿਆਰੇ ਬੈਠੇ, ਇਹਨਾਂ ਨੂੰ ਟੇਕੋ ਸਾਰੇ ਮੱਥਾ। ਉਹਨਾਂ ਨੇ ਹੁਣ ਮੱਥਾ ਟੇਕਿਆ, ਉਹ ਸੰਗਤ ਬੈਠ ਕੇ ਥੋੜਾ ਚਿਰ ਚੱਲ ਗਈ। ਇਹ ਜਦੋਂ ਉੱਠ ਕੇ ਨਾ ਜਾਣ ਨੂੰ ਤਿਆਰ ਹੋਏ, ਕਿਸੇ ਦੇ ਮੂੰਹ ਤੇ ਫਿੰਸਣੀਆਂ ਨਿਕਲ ਆਈਆਂ, ਸਰੀਰ ਤੇ ਨਿਕਲ ਆਈਆਂ, ਕਿਸੇ ਦੇ ਗੋਡੇ ਦੁਖਣ ਲੱਗ ਪਏ, ਕਿਸੇ ਦੀਆਂ ਬਾਹਾਂ ਦੁਖਣ ਲੱਗ ਪਈਆਂ, ਕਿਸੇ ਦਾ ਸਿਰ ਦਰਦ ਕਰਨ ਲੱਗ ਪਿਆ। ਕਹਿੰਦੇ ਮਹਾਰਾਜ ਜੀ ਆ ਕੀ ਹੋਇਆ? ਕਹਿੰਦੇ ਵੀ ਜਿਹਨਾਂ ਨੇ ਮੱਥਾ ਟੇਕਿਆ ਉਹਨਾਂ ਨੂੰ ਆਹ ਹੀ ਕੁਛ ਹੋਇਆ ਸੀ, ਮੱਥਾ ਟੇਕ ਕੇ ਕਹੀ ਜਾਂਦੇ ਸੀ ਮਹਾਰਾਜ ਮੇਰਾ ਆਹ ਹਟ ਜਾਵੇ, ਮੇਰਾ ਆਹ ਹਟ ਜਾਵੇ, ਤੁਹਾਨੂੰ ਹੁਣ ਮੱਥਾ ਟੇਕਿਆ ਵੀ ਤੁਹਾਨੂੰ ਹੋ ਗਿਆ ਸ਼ੁਰੂ। ਕਹਿੰਦੇ ਮਹਾਰਾਜ ਸਾਨੂੰ ਬਚਾਓ, ਮੱਥੇ ਟਿਕਾਉਣੇ ਵੀ ਸੌਖੇ ਨਹੀਂ ਮਹਾਂਪੁਰਖ ਕਹਿੰਦੇ। ਤੁਸੀਂ ਕਹਿੰਦੇ ਨਾਲੇ ਕਹਿੰਦੇ ਸੀ ਬਾਬਿਆਂ ਨੂੰ ਸੌਖਾ ਕੰਮ, ਮੱਥੇ ਟਿਕਾਈ ਜਾਂਦੇ ਪੈਸੇ ਸੰਗਤਾਂ ਰੱਖੀ ਜਾਂਦੀਆਂ, ਇਹ ਮੱਥੇ ਟਿਕਾਉਣੇ ਵੀ ਸੌਖੇ ਨਹੀਂ, ਉਹਨਾਂ ਲਈ ਵੀ ਜਾਪ ਕਰਨਾ ਪੈਂਦਾ ਜਿਹੜੇ ਟੇਕਦੇ ਆ ਮੱਥੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ ਨਾ, ਸ਼ਾਇਦ ਨਾਮ ਸੁਣਿਆ ਹੋਣਾ ਸੰਗਤਾਂ ਨੇ। ਉਹ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੁੰਦੇ ਸੀ, ਇਤਿਹਾਸ ਵਿੱਚ ਲਿਖਿਆ ਕਹਿੰਦੇ ਉਹ ਜਦੋਂ ਨਾ ਇੱਦਾਂ ਉਹਨਾਂ ਨੱਕ ਰਗੜ ਕੇ ਮੱਥਾ ਟੇਕਣਾ ਤੇ ਕਈ ਵਾਰੀ ਨੱਕ ਛਿੱਲ ਹੋ ਜਾਣਾ ਉਹਨਾਂ ਦਾ, ਤੇ ਸੇਵਾਦਾਰ ਜਿਹੜੇ ਨਾਲ ਗਏ ਹੁੰਦੇ ਸੀ ਉਹਨਾਂ ਕਹਿਣਾ ਮਹਾਰਾਜ ਜੀ ਨੱਕ ਆ ਕਿਉਂ ਇੱਦਾਂ ਕਰਦੇ ਆ, ਵੀ ਨੱਕ ਰਗੜੀ ਜਾਂਦੇ ਤੁਹਾਡਾ ਛਿੱਲ ਹੋ ਜਾਂਦਾ ਨੱਕ। ਕਹਿੰਦੇ ਬੜਿਆਂ ਨੇ ਟੇਕੇ ਮੱਥੇ, ਅਸੀਂ ਸਤਿਗੁਰ ਜੀ ਦੇ ਚਰਨਾਂ 'ਚ ਟੇਕਦੇ ਤੇ ਵੀ ਆਪੀ ਸਾਂਭ, ਸਾਡੇ ਕੋਲ ਨਹੀਂ ਸਾਂਭ ਹੁੰਦੇ। ਆਖੋ ਸਤਨਾਮ ਸ੍ਰੀ ਆਪੀ ਸਾਂਭੋ, ਸਾਡੇ ਕੋਲ ਇਹ ਮੱਥੇ ਟਿਕਾਉਣੇ ਸੌਖੇ ਨਹੀਂ। ਹੁਣ ਦੋਨੇ ਹੀ ਸ਼ੰਕੇ ਨਿਕਲ ਗਏ ਮਹਾਂਪੁਰਖਾਂ ਨੇ, ਚਲੋ ਦੇਰ ਹੋ ਤਾਂ ਵੀ ਬਖਸ਼ੀ ਭਗਤ ਸੱਜੂ ਜੀ ਨੇ ਸਮਝਾ ਵੀ ਦਿੱਤਾ, ਇਹ ਜਿਹੜੇ ਤੁਸੀਂ ਕਹਿੰਦੇ ਨਾ ਵੀ ਆ ਮੱਥੇ ਟੇਕ ਰਹੇ, ਪਤਾ ਨਹੀਂ ਅੰਦਰੋਂ ਕੀ ਬੋਲਦੇ ਸਾਡਾ, ਆਹ ਵੀ ਸਹੀ ਹੋ ਜਾਵੇ, ਆਹ ਵੀ ਹੋ ਜਾਵੇ, ਆਹ ਵੀ ਹੋ ਜਾਵੇ, ਜੇ ਇਹਨਾਂ ਲਈ ਜਾਪ ਨਾ ਕੀਤਾ ਉਹ ਸਾਰਾ ਕੁਛ ਬਾਬੇ ਨੂੰ ਹੀ ਹੋਣਾ ਸਾਰਾ ਕੁਛ। ਹੁਣ ਇੱਧਰ ਰਾਜਾ ਧਿਆਨ ਨਾਲ ਸੁਣਿਓ, ਰਾਜਾ ਕਹਿੰਦਾ ਜੀ ਬੜਾ ਕੰਮ ਔਖਾ, ਉੱਥੇ ਲੈ ਆਓ ਧਿਆਨ ਮਹਾਂਪੁਰਖਾਂ ਕੋਲ, ਤਿੰਨ ਸਵਾਲਾਂ ਦੇ ਜਵਾਬ ਪੁੱਛਣ ਆਇਆ। ਕਹਿੰਦਾ ਜੀ ਬੜਾ ਔਖਾ ਜੀ ਇਹ ਕੰਮ,
ਮਹਾਂਪੁਰ ਕਹਿੰਦੇ ਵੀ ਤੂੰ ਕਾਲੀ ਕਰਦਾ, ਹਜੇ ਮੈਂ ਅੱਧੀ ਗੱਲ ਕੀਤੀ ਤੂੰ ਚੌਂਕੜਾ ਲਾ ਕੇ ਬਹਿ ਗਿਆ। ਏਦਾਂ ਨੀ ਚੌਂਕੜੇ ਲੱਗਦੇ, ਅਭਿਆਸ ਕਰਨਾ ਪੈਂਦਾ ਪਿਆਰਿਆ ਚੀਜ਼ ਦਾ। ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ। ਮਹਾਂਪੁਰਖਾਂ ਨੇ ਕੋਲ ਆਪਣੇ ਬੁਲਾਇਆ, ਸਿਰ ਤੇ ਮੇਰਾ ਭਰਿਆ ਹੱਥ ਰੱਖਿਆ। ਲੈ ਕਹਿੰਦੇ ਹੁਣ ਲਾ ਚੌਂਕੜਾ, ਲਾ ਲਿਆ, ਜੋੜ ਹੱਥ ਜੋੜ ਲੈ, ਕਰ ਨੇਤਰ ਬੰਦ ਕਰ ਲੈ, ਬੋਲ ਵਾਹਿਗੁਰੂ ਬੋਲਿਆ। ਤੇ ਮਹਾਂਪੁਰਖਾਂ ਨੇ ਹੱਥ ਚੱਕਤਾ। ਜਦੋਂ ਅੱਖਾਂ ਖੋਲੀਆਂ ਨਾ, ਕੀ ਪਤਾ ਲੱਗਾ ਸ਼ਾਮਾਂ ਪਈਆਂ ਹੋਈਆਂ ਸੀ, ਹਨੇਰਾ ਆਉਣ ਵਾਲਾ ਸੀ। ਕਹਿੰਦਾ ਮਹਾਰਾਜ ਇੰਨਾ ਸਮਾਂ ਲੰਘ ਗਿਆ ਮੈਨੂੰ ਬੈਠੇ ਨੂੰ, ਮੈਨੂੰ ਤਾਂ ਇੱਦਾਂ ਲੱਗਾ ਜਿੱਦਾਂ 5 ਮਿੰਟ ਹੀ ਹੋਏ ਹੁੰਦੇ। ਆਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਮਹਾਂਪੁਰਖਾਂ ਨੇ ਹੱਥ ਇਸ ਸਿਰ ਤੇ ਰੱਖਿਆ, ਸਿਦਕ ਵੀ ਮਿਲ ਗਿਆ, ਸਬਰ ਵੀ ਮਿਲ ਗਿਆ, ਅੰਦਰ ਨੂੰ ਠੰਡ ਪੈ ਗਈ। ਇੱਕ ਖਿੰਨ ਦੇ ਵਿੱਚ ਹੀ ਅਭਿਆਸੀ ਬਣਾਤਾ ਰਾਜੇ ਨੇ, ਜਿਹਦੇ ਕੋਲ ਇੱਕ ਘੜੀ ਚੌਂਕੜਾ ਨਹੀਂ ਲੱਗਾ, ਸਾਰੀ ਦਿਹਾੜੀ ਬਿਠਾਤਾ। ਉਹਨੂੰ ਪਤਾ ਨਹੀਂ ਲੱਗਾ ਵੀ ਖਰੇ 5 ਮਿੰਟ ਹੀ ਹੋਏ। ਮਹਾਂਪੁਰਖਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਜਦੋਂ ਜਾਣ ਲੱਗਾ, ਮਹਾਂਪੁਰਖਾਂ ਨੇ ਫਿਰ ਚੇਤਾ ਕਰਾਇਆ, ਉਹ ਪਿਆਰਿਆ ਦੇਖੀ ਕਿਤੇ ਭਰਾ ਨੂੰ ਕੁਛ ਕਹੀ ਨਾ। ਕਹਿੰਦੇ ਮਹਾਂਪੁਰਖੋ ਮੈਂ ਕਹਿਣਾ ਨਹੀਂ, ਪਰ ਤੁਸੀਂ ਇੰਨਾ ਬਚਾਉਣਾ ਕਿਉਂ ਚਾਹੁੰਦੇ ਹੋ? ਉਹ ਮੈਨੂੰ ਮਾਰਨਾ ਚਾਹੁੰਦਾ, ਤੁਸੀਂ ਕਹਿੰਦੇ ਕਹਿ ਮੈਂ ਕੁਛ। ਕਹਿੰਦੇ ਪਿਆਰਿਆ ਉਹਦੇ ਵਿੱਚ ਵੀ ਮੈਂ ਤੇਰਾ ਭਲਾ ਸੋਚਦਾ। ਕਹਿੰਦੇ ਜੀ ਕਿੱਦਾਂ? ਕਹਿੰਦੇ ਜਿਹੜਾ ਕਿਸੇ ਨੂੰ ਉਜਾੜਦਾ ਇੱਕ ਦਿਨ ਉਹ ਵੀ ਉਜੜਦਾ ਹੀ ਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, 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 ਵਸਦੇ ਨਾ ਦੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਦੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ, ਵਸਦੇ ਨਾ ਦੇਖੇ ਜਿਹੜੇ ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ ਹਾਂ, ਕਿਸੇ ਨੂੰ ਉਜਾੜਦੇ ਹਾਂ, ਕਿਸੇ ਨੂੰ ਉਜਾੜਦੇ, 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 ਕਿਸੇ ਨੂੰ ਉਜਾੜਦੇ ਜਿਹੜੇ ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ ਹਾਂ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ ਜਿਹੜੇ ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ, ਕਿਸੇ ਨੂੰ ਉਜਾੜਦੇ ਜਿਹੜੇ ਕਿਸੇ ਨੂੰ ਉਜਾੜਦੇ।
ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜ ਵਸਦੇ ਨਾ ਵੇਖੇ ਜਿਹੜੇ ਕਿਸੇ ਨੂੰ ਉਜਾੜਦੇ 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 ਤਿੰਨਾਂ ਸਵਾਲਾਂ ਦੇ ਜਵਾਬ ਵੀ ਮਿਲ ਗਏ ਅੰਦਰ ਨੂੰ ਠੰਡ ਵੀ ਪੈ ਗਈ ਅਭਿਆਸੀ ਵੀ ਬਣਾ ਦਿੱਤਾ ਸਦਕ ਤੇ ਸਬਰ ਵੀ ਦੇ ਦਿੱਤਾ ਜਦੋਂ ਵਾਪਸ ਮੁੜਿਆ ਹੁਣ ਆਪਣੇ ਰਾਜ ਭਾਗ ਦਾ ਜਦੋਂ ਰਾਜਾ ਆਉਂਦਾ ਪਤਾ ਲੱਗ ਜਾਂਦਾ ਵੀ ਰਾਜਾ ਆ ਗਿਆ ਤੇ ਭਰਾ ਨੂੰ ਵੀ ਪਤਾ ਲੱਗ ਗਿਆ ਵੀ ਰਾਜਾ ਵਾਪਸ ਮੁੜਿਆ ਹੈ ਤੇ ਇਹਨੂੰ ਪਤਾ ਵੀ ਲੱਗ ਗਿਆ ਹੋਣਾ ਵੀ ਮੈਂ ਕੀ ਕਰਨਾ ਚਾਹੁੰਦਾ ਸੀ ਇਹਦੇ ਨਾਲ ਪਹਿਲਾਂ ਹੀ ਆ ਕੇ ਪੈਰਾਂ ਵਿੱਚ ਡਿੱਗ ਪਿਆ ਰਾਜੇ ਦੇ ਰਾਜੇ ਨੇ ਆਪਣੇ ਭਰਾ ਨੂੰ ਇੱਦਾਂ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਤੇ ਘੁੱਟ ਕੇ ਗਲ ਨਾਲ ਲਾ ਲਿਆ ਤੇ ਇਹਦਾ ਭਰਾ ਹੱਥ ਜੁੜ ਕੇ ਕਹਿੰਦਾ ਜੀ ਮੈਨੂੰ ਬਖਸ਼ ਦਿਓ ਮੈਨੂੰ ਬਖਸ਼ ਦਿਓ ਰਾਜਾ ਕਹਿੰਦਾ ਵੀ ਨਹੀਂ ਮੈਂ ਤੈਨੂੰ ਕੁਛ ਨਹੀਂ ਕਹਿਣਾ ਕਹਿੰਦਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਮੈਂ ਕੀ ਕਰਨਾ ਚਾਹੁੰਦਾ ਸੀ ਕਹਿੰਦਾ ਬਿਲਕੁਲ ਤੂੰ ਮਾਰਨਾ ਚਾਹੁੰਦਾ ਸੀ ਮੈਨੂੰ ਰਾਜਪਾਲ ਸਾਹਮਣਾ ਚਾਹੁੰਦਾ ਸੀ ਕਹਿੰਦੇ ਫੇਰ ਵੀ ਤੁਹਾਡੇ ਮਨ ਚ ਇੱਦਾਂ ਵੀ ਯਾਨੀ ਕੁਛ ਨਹੀਂ ਕਹਿਣਾ ਕਹਿੰਦੇ ਹਾਂ ਫਿਰ ਵੀ ਇੱਦਾਂ ਵੀ ਮਨ ਚ ਸਕਦਾ ਕਹਿੰਦੇ ਜੀ ਇੰਨਾ ਸਦਕ ਸਬਰ ਆਇਆ ਕਿੱਥੋਂ ਕਹਿੰਦੇ ਜੀ ਇਹਨਾਂ ਕੋਲ ਭੇਜਿਆ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉੱਥੇ ਬੜੀ ਕਮਾਲ ਦੀ ਗੱਲ ਕਹੀ ਰਾਜੇ ਨੇ ਕਹਿੰਦਾ ਮੈਂ ਮੰਨਦਾ ਤੂੰ ਮੈਨੂੰ ਮਾਰਨਾ ਚਾਹੁੰਦਾ ਸੀ ਮੈਂ ਇਹ ਵੀ ਮੰਨਦਾ ਵੀ ਤੇਰੀ ਗੱਲ ਕਿ ਤੂੰ ਰਾਜਭਾਗ ਸਾਂਭਣਾ ਚਾਹੁੰਦਾ ਸੀ ਪਰ ਇਸ ਲਾਲਚ ਚ ਫਸ ਕੇ ਜਿੱਥੇ ਤੂੰ ਮੈਨੂੰ ਭੇਜਿਆ ਤੇ ਭੇਜਣ ਵਾਸਤੇ ਜਿਹੜੀਆਂ ਗੱਲਾਂ ਕਹੀਆਂ ਕਿ ਪੂਰੇ ਮਹਾਂਪੁਰਖਿਆ ਉਹਨਾਂ ਦੇ ਕੋਲ ਭਿਖਾਰੀ ਬਣ ਕੇ ਜਾਈ ਸਾਦਾ ਰਹਿ ਕੇ ਜਾਈ ਛਪਾਈ ਨਾ ਲੈ ਕੇ ਜਾਈ ਇਹ ਗੱਲਾਂ ਤੇਰੇ ਕੋਲੋਂ ਭਾਵੇਂ ਤੂੰ ਜਿੱਦਾਂ ਮਰਜ਼ੀ ਚਲਾਕੀ ਨਾ ਕਹੀਆਂ ਹੋਣ ਪਰ ਨਿਕਲ ਗਈਆਂ ਤੇਰੇ ਅੰਦਰੋਂ ਸੱਚੀਆਂ ਕਿ ਸਾਧੂਆਂ ਕੋਲ ਭਿਖਾਰੀ ਬਣ ਕੇ ਜਾਈਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੂਸਰਾ ਤੂੰ ਕਿਹਾ ਸੀ ਸਾਧੂ ਪੂਰੇ ਆ ਸੱਚੀ ਪੂਰੇ ਆ ਤੀਸਰਾ ਤੂੰ ਕਿਹਾ ਸੀ ਉੱਥੋਂ ਦਿਨਾਂ ਸਵਾਲਾਂ ਦੇ ਜਵਾਬ ਮਿਲਣਗੇ ਸੱਚੀ ਮਿਲੇ ਤੇ ਆ ਜਿਹੜਾ ਸਿਦਕ ਤੇ ਸਬਰ ਆ ਨਾ ਜਿਹੜਾ ਮੈਂ ਤੈਨੂੰ ਕੱਖ ਵੀ ਨਹੀਂ ਕਹਿ ਰਿਹਾ ਇਹ ਸਿਦਕ ਤੇ ਸਬਰ ਵੀ ਉਹਨਾਂ ਦੇ ਕੋਲੋਂ ਹੀ ਮਿਲਿਆ ਇਹ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਜੋ ਵੀ ਸਜ਼ਾ ਦਿਓਗੇ ਮੈਨੂੰ ਪ੍ਰਵਾਨ ਆ ਕਹਿੰਦੇ ਫਿਰ ਜੋ ਕਹੂੰਗਾ ਉਹ ਮੰਨੇਗਾ ਕਹਿੰਦਾ ਜੀ ਹਾਂਜੀ ਕਹਿੰਦੇ ਜਾ ਫਿਰ ਉਹਨਾਂ ਮਹਾਂਪੁਰਖਾਂ ਦੇ ਚਰਨੀ ਡਿੱਗ ਜਾ ਕੇ ਤੇਰਾ ਵੀ ਜੀਵਨ ਸਵਾਰ ਹੋ ਜਾਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਰਾਜਾ ਤੇ ਹੁਣ ਸੰਗਤ ਕਰਨ ਵਾਲਾ ਬਣਿਆ ਹੀ ਸੀ ਉਹਦਾ ਭਰਾ ਵੀ ਸੰਗਤ ਕਰਨ ਵਾਲਾ ਬਣ ਗਿਆ ਤੇ ਹੁਣ ਇਕੱਠੇ ਹੋ ਕੇ ਰੱਬ ਦੀ ਤੇ ਮਹਾਂਪੁਰਖਾਂ ਦੀ ਵਡਿਆਈ ਕਰਦਾ ਸੀ ਇਕੱਠੇ ਹੋ ਕੇ ਕਰਨੀ ਵਡਿਆਈ ਮਹਾਂਪੁਰਖਾਂ ਦੀ ਜਿਹੜੀ ਵਡਿਆਈ ਆ ਤੇ ਰੱਬ ਦੀ ਵਡਿਆਈ ਇਹਦੇ ਵਿੱਚ ਕੋਈ ਅੰਤਰ ਨਹੀਂ ਜਿਹਨੇ ਮਹਾਂਪੁਰਖਾਂ ਦੀ ਵਡਿਆਈ ਕਰ ਲਈ ਰੱਬ ਦੀ ਵਡਿਆਈ ਆਪਣੇ ਆਪ ਹੀ ਹੋ ਗਈ ਜਿਹੜੇ ਬੱਚੇ ਦੀ ਜੈ ਜੈਕਾਰ ਹੋ ਰਹੀ ਆ ਜਾਂ ਹੁਣ ਬੱਚਾ ਬਹੁਤ ਵਧੀਆ ਪੜ੍ਹਿਆ ਉਹਨੂੰ ਇਨਾਮ ਮਿਲਿਆ ਸਾਰੇ ਸ਼ਲਾਘਾ ਕਰਦੇ ਆ ਮਾਂ ਪਿਓ ਨੂੰ ਆਪਣੇ ਆਪ ਹੀ ਸ਼ਾਬਾਸ਼ੀ ਮਿਲ ਜਾਣੀ ਆ ਸਤਨਾਮ ਜਿਹੜੇ ਬੱਚੇ ਦੀ ਵਡਿਆਈ ਹੋ ਰਹੀ ਮਾਂ ਪਿਓ ਦੀ ਆਪਣੇ ਆਪ ਹੀ ਵਡਿਆਈ ਹੋ ਜਾਣੀ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨੂੰ ਸਿੱਖਿਆ ਮਾਂ ਪਿਓ ਨੇ ਦਿੱਤੀ ਆ ਮਾਂ ਪਿਓ ਆਪਣੇ ਆਪ ਹੀ ਪਹੁੰਚੋ ਜਾਣੇ ਰੱਬ ਦੇ ਪਿਆਰੇ ਜਿਹੜੇ ਸਾਧੂ ਹੁੰਦੇ ਜਦੋਂ ਉਹਨਾਂ ਦੀ ਵਡਿਆਈ ਕਰਾਂਗੇ ਰੱਬ ਦੀ ਵਡਿਆਈ ਆਪਣੇ ਆਪ ਹੀ ਹੋ ਜਾਣੀ ਆਖੋ ਸਤਨਾਮ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤਤ ਕਰਨੀ
ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੇ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੇ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ ਸੰਤਾਂ ਦੀ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਸੰਤਾਂ ਦੀ ਉਸਤ ਹੋ ਸੰਤਾਂ ਦੀ ਉਸਤ ਕਰਨੀ 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 ਸੰਤਾਂ ਦੇ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਸੰਤਾਂ ਦੇ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਸੰਤਾਂ ਦੀ ਉਸਤ ਕਰਨੀ ਰੱਬ ਦੀ ਵਡਿਆਈ ਹੈ 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 ਸੰਤਾਂ ਦੀ ਉਸਤ ਕਰਨੀ ਸਾਧੂਆਂ ਦੀ ਵਡਿਆਈ ਸਮਝ ਲਓ ਰੱਬ ਦੀ ਵਡਿਆਈ ਹੈ ਕਿਸੇ ਨੇ ਪੁੱਛਿਆ ਕਹਿੰਦੇ ਵੀ ਅਰਦਾਸ ਕਰਨੀ ਹੋਵੇ ਰੱਬ ਦੇ ਚਰਨਾਂ 'ਚ ਕਰੀਏ ਕਿ ਸਾਧੂਆਂ ਦੇ ਚਰਨਾਂ 'ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੇ ਚਰਨਾਂ 'ਚ ਕਰੀਏ ਕਿ ਸਾਧੂਆਂ ਦੇ ਚਰਨਾਂ 'ਚ ਦੱਸਣ ਵਾਲੇ ਗੁਰਮੁਖ ਪਿਆਰੇ ਨੇ ਦੱਸਿਆ ਕਹਿੰਦਾ ਵੀ ਸਾਧੂਆਂ ਦੇ ਚਰਨਾਂ 'ਚ ਕਹਿੰਦੇ ਹੱਦ ਹੋ ਗਈ ਰੱਬ ਜਿਹੜਾ ਸਾਰਿਆਂ ਦਿੰਦਾ ਉਹਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਆ ਕਹਿੰਦੇ ਵੀ ਫਰਕ ਆ ਗੁਰਮੁਖ ਪਿਆਰਾ ਕਹਿੰਦਾ ਵੀ ਫਰਕ ਆ ਦੋਨਾਂ ਵਿੱਚ
ਕਹਿੰਦੇ ਜੀ ਕੀ ਫਰਕ ਆ? ਜਿਹੜੀ ਵਸਤੂ ਨੂੰ ਲੈਣ ਜਗ ਆਇਆ ਮਿਲਦੀ ਏ ਸਾਧੂਆਂ ਤੋਂ, ਜਿਹੜੀ ਵਸਤੂ ਨੂੰ ਲੈਣ ਜਗ ਆਇਆ ਉਹ ਮਿਲਦੀ ਏ ਸਾਧੂਆਂ ਤੋਂ, ਜਿਹੜੀ ਵਸਤੂ ਨੂੰ ਲੈਣ ਜਗ ਆਇਆ ਹੈ ਮਿਲਦੀ ਏ ਸਾਧੂਆਂ ਤੋਂ, ਜਿਹੜੀ ਵਸਤੂ ਨੂੰ ਲੈਣ ਜਗ ਆਇਆ ਹੈ ਮਿਲਦੀ ਹੈ ਸਾਧੂਆਂ ਤੋਂ, ਉਹ ਮਿਲਦੀ ਹੈ ਜੀ ਸਾਧੂਆਂ ਤੋਂ, ਮਿਲਦੀ ਹੈ ਜੀ ਹਾਂ ਸਾਧੂਆਂ ਤੋਂ, ਮਿਲਦੀ ਹੈ ਸਾਧੂਆਂ ਤੋਂ, ਜਿਹੜੀ ਵਸਤੂ ਨੂੰ ਲੈਣ ਜਗ ਆਇਆ ਹੈ ਮਿਲਦੀ ਹੈ ਸਾਧੂਆਂ ਤੋਂ, ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਅਜ ਅਭਿਮਾਨ ਲੈ ਮਨ ਮੋਲ ਰਾਮ ਨਾਮ ਹਿਰਦੈ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਸਭ ਕੁਛ ਮਿਲ ਜਾਂਦਾ ਪਰ ਲੈਣਾ ਆ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨ੍ਹਾਂ ਕੀ ਸੇਵਾ ਲਾਗੈ, ਚਾਰ ਪਦਾਰਥ ਕਿਹੜੇ? ਧਰਮ ਅਰਥ ਕਾਮ ਮੋਖ, ਜਿਹਨਾਂ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਂਦਾ। ਕਹਿੰਦੇ ਜਿਹਨੂੰ ਆਪਣਾ ਆਹ ਜੀਵਨ ਸਵਾਰਨਾ ਜਿਹੜਾ ਚਾਹੁੰਦਾ ਤੇ ਅੱਗਾ ਵੀ ਜਿਹਦਾ ਸਵਾਰਿਆ ਜਾਵੇ, ਇਹ ਚੀਜ਼ਾਂ ਜਿਹੜੇ ਚਾਹੁੰਦਾ ਉਹ ਵੀ ਸਾਧੂਆਂ ਕੋਲ ਮਿਲਣੀਆਂ। ਆਖੇ ਸਤਨਾਮ ਸ੍ਰੀ ਵਾਹਿਗੁਰੂ, ਆਓ ਆਨੰਦ ਸਾਹਿਬ ਜੀ ਦੇ ਜਾਪ ਕਰੀਏ ਜੀ।
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ ਬਖਸ਼ ਲੈਣ, ਅੱਗੇ ਤੋਂ ਸਮੱਤ ਸੋਝੀ ਬਖਸ਼ਿਸ਼ ਕਰਨ, ਸਾਡੀਆਂ ਤੁਹਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨ। ਸੇਵਕ ਪਰਿਵਾਰ ਦਾ ਧੰਨਵਾਦ, ਸਭ ਸੰਗਤਾਂ ਦਾ ਧੰਨਵਾਦ, ਪਠਾਨਕੋਟ ਧੰਨਵਾਦ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਹਰ ਸਾਲ ਆਪਾਂ ਨੂੰ ਇਹ ਸਤਸੰਗ ਦੇ ਸੁਭਾਗੇ ਸਮੇਂ ਮਿਲਦੇ ਆ। ਆਓ ਆਨੰਦ ਸਾਹਿਬ ਜੀ ਦੇ ਕਰੀਏ ਜਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੇ ਮਨ ਬਚੀਆਂ ਬਾਧਾਈਆਂ, ਸਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵ ਹਰੇ ਤੇਰਾ ਮਨ ਜਨੀ ਵਸਾਇਆ, ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਹੋ ਕਿਉ ਮਨੋ ਵਿਸਾਰ, ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਧਿਆਨਾ ਹੀ ਘਰ ਤੇਰੇ, ਹਰਦਾ ਤੇਰੇ ਸਭ ਕਿਛ ਹੈ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਧਿਆਨਾ ਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣਹਾ ਸੰਤ ਹੋ ਸ਼ਬਦ ਧਰੋ ਤਿਆਰ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਨਾਮ ਹਰਿ ਕਹਿਲਾਕੇ, ਕਹੇ ਨਾਨਕ ਦੇ ਸੁਖ ਹੋਆ ਸਤਿਕਾਰ ਅਨਹਦ ਵਾਜੇ, ਅਨੰਦ ਸੁਣੋ ਵੰਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵੇ ਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਅਨੰਤ ਸਾਜਨ ਭਏ ਕਰਕੇ ਪੂਰੇ ਗੁਰ ਤੇ ਜਾਣੀ, ਸੁਣਦੇ ਪੁਨੀਤ ਭਗਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰ, ਫਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਕੋਇ ਦਾਈ ਦਾਇਆ ਦਿਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ, ਨਾਨਕ ਦੇ ਮੁਖੰ ਚਲੇ ਕਿਤੇ ਛੋਟੇ ਨਾਲ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਕਿਤੇ ਛੋਟੇ ਨਾਲ, ਜਿਨੀ ਨਾਮ ਧਿਆਇਆ
ਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਸਭ ਥਾਈ ਸਭ ਪਾਤਸ਼ਾਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਜੀ ਕਰਤੇ ਅੰਤਰ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਪੰਜਾਂ ਤਖਤਾਂ ਸਰਬੱਤ ਗੁਰਦਾਤਿਆਂ ਅੰਤਰ ਬੋਲੋ ਜੀ ਵਾਹਿਗੁਰੂ। ਮੈਂ ਸਰਬੱਤ ਖਾਲਸਾ ਜੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੰਤਾਵੇ ਚਿੰਤਾਵਨ ਕਰ ਸੰਸਕਾਰ ਸਭ ਸੁਖ ਹੋਇਆ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਰ ਛਰ ਦੇ ਤੇ ਫਤਿਹ ਬਿਰਪੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵੇਖ ਦਾਨ ਸਵਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਢਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਪ੍ਰਤੀ ਮਤ ਪ੍ਰਖ ਅਕਾਲ ਪੁਰਖ ਵਾਹਿਗੁਰੂ। ਹਿਰ ਮਾਨ ਦੇ ਮਾਨ ਤਾਣਿਆਂ ਤਾਣਿਓ ਟੰਦਿਓ ਤਨ ਤਨ ਕਾਲ ਸਿਤਾ ਵਾਹਿਗੁਰੂ। ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਤਨ ਸੁਰਦਾਸ ਮਹਾਰਾਜ ਜੀ ਆਪ ਦੇ ਗੁਰੂ ਘਰ ਦੇ ਸੱਚੇ ਪਾਤਸ਼ਾਹ ਜੀ ਸ੍ਰੀ ਦੇਸ ਰਾਜ ਜੀ ਉਹਨਾਂ ਸੂਹ ਪਰਿਵਾਰ ਸੱਚੇ ਸੁਖਮਨੀ ਸਾਹਿਬ ਦੇ ਪਾਠ ਜਪ ਕਰਵਾਏ ਆਪ ਨੂੰ ਰੁਮਾਲੀ ਭੇਟਾ ਕੀਤੇ ਅੰਗੀਕਾਰ ਕਰ ਸਤਿਗੁਰ ਪਾਤ ਬਲ ਬਖਸ਼ਣਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਸੱਚੀ ਵਾ ਸੇਵਾ ਪ੍ਰਵਾਨ ਕਰਨੀ। ਸਤਿਗੁਰ ਜੀ ਇਹਨਾਂ ਖੁਸ਼ੀਆਂ ਪਰਿਵਾਰ ਨੂੰ 500 ਰੁਪਇਆ ਗੁਰਦਾਸ ਸਾਹਿਬ ਨੂੰ ਭੇਟਾ ਕੀਤਾ ਗਿਆ ਹੈ ਜਿਹਨਾਂ ਖਜ਼ਾਨੇ ਚੋਂ ਮਾਇਆ ਇਸ ਖਜ਼ਾਨੇ ਭਰਪੂਰ ਕਰਨੇ ਸਿਰ ਤੇ ਮਿਹਰ ਪਰਤ ਰੱਖਣਾ ਸ਼ਬਦ ਕੀਰਤਨ ਜੀ ਕਰਦਾਸ ਸ਼ਬਦ ਕੀਰਤਨ ਦਰਬਾਰ ਸੱਚੇ ਪਾਹਰ ਸਾਹਿਬ ਦੀ ਤਰ੍ਹਾਂ ਅੱਜ ਆਪਣੇ ਭਾਗਾ ਸਵੈ ਬਖਸ਼ਿਆ ਸੰਤਾਂ ਮਹਾਂਪੁਰਖ ਆ ਕੇ ਆਪ ਦੇ ਹਜ਼ੂਰੀ ਸ਼ਬਦ ਕੀਰਤਨ ਸੱਚੇ ਪਾਤਸ਼ਾਹ ਜਾਪ ਕੀਤੇ ਅਰਦਾਸ ਹੋਈ ਸੱਚੇ ਪਾਤਸ਼ਾਹ ਜੀ ਸਮੂਹ ਆਈਆਂ ਸੰਤਾਂ ਦੇ ਤੇਥੋਂ ਦਰ ਪ੍ਰਵਾਨ ਕਰਨੇ ਸੱਚੇ ਪਾਪ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਪ੍ਰਭ ਦੀ ਭੇਟਾ ਹੈ ਦਰ ਪ੍ਰਵਾਨ ਕਰੋ ਜੀ ਪ੍ਰਵਾਨ ਦੇਵ ਸੰਗਤ ਬਤਾਉਣ ਦੀ ਆਗਿਆ ਬਖਸ਼ੋ ਜੋ ਜੀ ਆਪਦੇ ਦਰ ਸੁਰ ਸਿੱਖ ਪੜਦੇ ਸੁਣ ਦੇ ਸਰਬੱਤ ਲਾਹੇਵੰਦ ਹੋਣ ਸੁਖ ਹੋਵੇ ਨਾਮ ਚਿਤੈ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਦੋ ਅਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰ ਪ੍ਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਹਿ ਖੋ ਸ਼ਦ ਨਲ ਹਰ ਸੋ ਹੀਰਾ ਛਾਡ ਕੇ ਕਰੇ ਆਣ ਕੀਆ ਤੈ ਨਾਲ ਦੋ ਜੁਗ ਜਾਏਗੇ ਸਤ ਪਾਖੇ ਰਵਿਦਾਸ ਬੋਲੇ ਸੋ ਨਿਹਾਲ ਸੋ ਜੋ ਬੋਲੇ ਸੋ ਨਿਰਭੈ ਰਵਿਦਾਸ ਮਹਾਰਾਜ ਕੀ ਜੈ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੈ ਨਾਲ ਦੋ ਜੁਗ ਜਾਏਗੇ ਸਤ ਪਾਖੇ ਰਵਿਦਾਸ ਰਵਿਦਾਸ ਸ਼ਕਤੀ ਰਵਿਦਾਸ ਸ਼ਕਤੀ ਰਵਿਦਾਸ ਜੋਨ ਰਵਿਦਾਸ ਜੋਨ ਜੋ ਬੋਲੇ ਸੋ ਨਿਰਭੈ
ਵਾਹਿਗੁਰੂ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਭਗਵ ਰਵਿਦਾਸ ਜੀ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦਿਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦਿਜੈ ਹਾਂ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਆ ਬੋਲ ਰੁਹਾਉ ਬਹੁਤ ਜਨਮ ਬਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲਿਖੇ ਆਸ ਲਗ ਜੀਓ ਚਿਰ ਪਇਓ ਦਰਸ਼ਨ ਦਿਖੈ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੀ ਲਿਖੈ ਕਹਿ ਰਵਿਦਾਸ ਆਸ ਲਗ ਜੀਓ ਚਿਰ ਪਇਓ ਦਰਸ਼ਨ ਦਿਖੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਭਿਖਾਰੀ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਵਾਜਾ ਸਹਿਬਾ ਨਜ਼ਰ ਮਿਹਰ ਦੀ ਪਾਜਾ ਲਾ ਦੇ ਪਾਗ ਉਮੀਦਾਂ ਨੂੰ ਮੇਰੇ ਬਾਬਾ ਜੀ ਚਰਨਾਂ 'ਚ ਜੋੜ ਲੋ ਗਰੀਬਾਂ ਨੂੰ ਮੇਰੇ ਬਾਬਾ ਜੀ ਸਾਰੇ ਜਪੋ ਸਾਰੇ ਚਰਨਾਂ 'ਚ ਜੋੜ ਲੋ ਗਰੀਬਾਂ ਨੂੰ ਮੇਰੇ ਬਾਬਾ ਜੀ ਚਰਨਾਂ 'ਚ ਜੋੜ ਲੋ ਗਰੀਬਾਂ ਨੂੰ ਕਦੇ ਸਾਡੀ ਮਿਣਤੀ ਹੋ ਜਾਵੇ ਥੋੜੀ ਚਰਨ ਧੂੜ ਵਿੱਚ ਕਿਧਰੇ ਸਾਡੀ ਗਿਣਤੀ ਹੋ ਜਾਵੇ ਤੇਰੇ ਪ੍ਰੇਮ ਦੀ ਤੱਕਣੀ ਵਿੱਚ ਕਿਤੇ ਸਾਡੀ ਮਿਣਤੀ ਹੋ ਜਾਵੇ ਥੋੜੀ ਚਰਨ ਧੂੜ ਵਿੱਚ ਕਿਧਰੇ ਸਾਡੀ ਗਿਣਤੀ ਹੋ ਜਾਵੇ ਇਹੋ ਸਾਡੀ ਮੰਗ ਦਾਤਿਆ ਲੱਗੀ ਜਾਵੇ ਲੰਘ ਦਾਤੇ
ਇਹੋ ਸਾਡੀ ਮੰਗ ਦਾਤਿਆ ਲੱਗੀ ਜਾਵੇ ਲੰਗ ਦਾਤਿਆ ਸਦਾ ਰਹਿਆ ਰੰਗ ਦਾਤਿਆ ਸਦਾ ਰੰਗਿਆ ਰੰਗ ਦਾਤਿਆ ਦੇ ਦੇ ਮਾਣਨ ਚੀਜ਼ਾਂ ਨੂੰ ਮੇਰੇ ਬਾਬਾ ਜੀ ਚਰਨਾਂ ਜੋੜ ਲੋ ਗਰੀਬਾਂ ਮੇਰੇ ਬਾਬਾ ਜੀ ਹੋ ਚਰਨਾਂ ਜੋੜ